ਮੇਰੀ ਸਹੇਲੀ ਨੇ ਇੰਨਾ ਸੋਹਣਾ ਸੂਟ ਲੈ ਕੇ ਆਈ ਹੈ, ਮੈਂ ਵੀ ਉਹਦੇ ਨਾਲ ਦਾ ਲੈ ਕੇ ਆਉਂਗੀ। ਤੈਨੂੰ ਲਿਆ ਦੇਣੀ ਠੀਕ ਹੈ, ਕੀ ਗੱਲ ਆ, ਭਾਵੇਂ 2000 ਆ ਰਹੀ ਭਾਵੇਂ 4 ਆ ਰਹੀ, ਡੈਡੀ ਕੋਈ ਨਾ ਸੂਟ ਤੈਨੂੰ ਲਿਆ ਦੇਣਾ ਕਿਤੇ। ਉਹ ਤਾਂ 700 ਦਾ ਹੀ ਆ, ਮੈਂ ਤਾਂ ਉਹੀ ਲਿਆਉਂਗੀ, ਬਸ ਵਾਧੂ ਆ। ਬੇਚੰਨੀ ਹਾਂ ਬੈਠਾਓ, ਕੀ ਹੋ ਗਿਆ? ਹੁਣ ਆ ਗਈ ਆ ਨਾ, ਮੈਨੂੰ ਆਇਆ ਦੱਸ, ਉਹ ਤੈਨੂੰ ਨੀ ਕਹਿ ਸਕਦੀ ਜਿਹੜੀ ਕੋਈ ਗੱਲ ਕਹਿਣੀ ਹੁੰਦੀ। ਉਹ ਸਹੁਰਾ ਆਖਰ ਮਾੜੀ ਮੋਟੀ ਸੰਗ ਮੰਨੇ, ਉਹਦੇ ਸਰਾਣੇ ਬੈਠੇ ਹੜੇ ਹੜ ਦੰਦ ਕੱਢੀ ਜਾਂਦੀ ਹੈ। ਦੇਖ ਲਾ ਦੇਖ ਲਾ, ਜਾ ਕੇ ਤੂੰ ਖੁਦ ਦੇਖ ਲਾ, ਫੇਰ ਆਖੇਗਾ। ਮੈਂ ਤੈਨੂੰ ਕਦੇ ਵੀ ਨੂੰਹ ਨੀ ਸਮਝਿਆ, ਤੇ ਨੂੰਹਾਂ ਨਾ ਹੀ ਨੂੰਹਾਂ ਵੀ ਮੈਂ ਗੱਲ ਰੱਖੀ ਹੈ, ਮੇਰੀ ਤਾਂ ਤੂੰ ਧੀ ਆ ਤੇ ਧੀ ਬਣਾ ਕੇ ਰੱਖੂਗਾ। ਪਤਾ ਡੈਡੀ ਮੈਨੂੰ, ਮੈਂ ਵੀ ਤੈਨੂੰ ਡੈਡੀ ਹੀ ਸਮਝਦੀ ਹਾਂ, ਮੈਂ ਵੀ ਕਦੇ ਆਪਣਾ ਸਹੁਰਾ ਨੀ ਸਮਝਿਆ, ਤਾਂ ਹੀ ਤਾਂ ਆਪਾਂ ਸਾਰੇ ਸੁੱਖ ਦੁੱਖ ਕਰ ਲੈਂਦੇ ਹਾਂ। ਜੇ ਮੈਂ ਤੈਨੂੰ ਧੀ ਬਣਾਉਣਾ ਫੇਰ ਕੰਮ ਚੱਲੂ, ਜੇ ਤੂੰ ਮੈਂ ਨੂੰਹ ਬਣਾਉਣਾ ਕੰਮ ਨੀ ਚੱਲਦਾ। ਸਹੀ ਗੱਲ ਹੈ, ਜੋ ਆਪਾਂ ਵਿਆਹ ਕੇ ਤੋਰ ਦਿੰਦੇ ਹਾਂ ਆਪਦੀ ਧੀ ਤਾਂ ਵਗ ਜਾਂਦੀ ਹੈ, ਹੁਣ ਤੂੰ ਆ ਗਈ, ਜੇ ਮੈਂ ਕਹੂੰ ਤਾਂ ਨੂੰਹ ਆ ਨਾ, ਜੇ ਮੇਰੀ ਧੀ ਆ ਫੇਰ ਕੰਮ ਚੱਲਦਾ। ਸਹੀ ਗੱਲ ਹੈ ਡੈਡੀ ਜੀ ਤੁਹਾਡੀ, ਮੈਂ ਤੈਨੂੰ ਨਾਈ ਨੂੰਹ ਦੀ ਨਿਗਰਾਂ ਵੇਖ ਦੇਖਾਂ, ਮੇਰਾ ਧੀ ਨੇ ਧੀ ਦੀ ਨਿਗਰਾਂ ਦੇਖਦਾ ਤੇ ਧੀ ਤੈਨੂੰ ਬਣਾ ਲਈ। ਉਹ ਮਾਂ ਫੇਰ ਕੀ ਹੋ ਗਿਆ, ਮਾਂ ਪਤਾ ਨਹੀਂ ਕੀ ਗੱਲ ਹੋ ਗਈ, ਕਹਿੰਦਾ ਫੇਰ ਕੀ ਹੋ ਗਿਆ। ਅੱਛਾ ਗੱਲ ਹੀ ਨਹੀਂ, ਬਰਾਬਰ ਬੈਠੀਏ ਸਹੁਰੇ ਦੇ, ਮਾੜੀ ਮੋਟੀ ਤਾਂ ਸੰਗ ਮੰਨੇ ਉਹ, ਮਾੜਾ ਮੋਟਾ ਤੂੰ ਕਹਿ ਲਿਆ ਕਰ ਨਾ, ਆਪ ਹੀ ਕਹਿ ਦਿਆ ਕਰ ਮੈਨੂੰ। ਉਹ ਹਜੇ ਮੈਂ ਨਹੀਂ ਆਇਆ ਬਹਿੰਦੀ, ਉਹ ਬਰਾਬਰ ਬਹਿੰਦੀ ਆ, ਦੇਖ ਲਾ ਤੇਰੇ ਕੋਲੇ ਬਹਿ ਜਾ ਕਰੇ, ਤੈਨੂੰ ਕਹਿ ਦੇ ਜਿਹੜਾ ਕੰਮ ਕਹਿਣਾ ਗਾ। ਅੱਛਾ ਕੋਈ ਨਾ, ਉਹ ਸਮਝਾ ਦੇ ਕੋਲ ਬਹਿ ਬਹਿ ਕੇ, ਕੋਈ ਨਾ ਦੇ, ਕੋਈ ਨਹੀਂ ਚੰਗਾ, ਕੋਈ ਨਹੀਂ ਕੋਈ ਨਹੀਂ, ਸੌਣ ਦੇ ਘੰਟਾ ਮੈਨੂੰ। ਆਹੋ ਸਮਝ ਜਾ ਤੂੰ ਤਾਂ, ਮੈਂ ਤਾਂ ਕਰਦੀ ਆ ਕੰਮ, ਤੂੰ ਨਹੀਂ, ਤੇਰੇ ਨਹੀਂ ਦਿਮਾਗ 'ਚ ਕੋਈ ਗੱਲ ਆਉਂਦੀ ਹੈਗੀ। ਡੈਡੀ ਤੈਨੂੰ 700 ਵਾਲਾ ਸੂਟ ਕਿਹਾ ਸੀ, ਤੁਸੀਂ ਕਿੰਨਾ ਮਹਿੰਗਾ ਸੂਟ ਦਵਾ ਦਿੱਤਾ। ਫਿਰ ਕੀ ਹੋ ਗਿਆ, ਪਿਓ ਆਦੇ ਧੀਆਂ ਨੂੰ ਦਵਾਉਂਦੇ ਹੁੰਦੇ ਆ। ਜੇ ਤੁਹਾਨੂੰ ਪਸੰਦ ਆ ਸੂਟ ਤਾਂ ਠੀਕ ਆ। ਡੈਡੀ ਮੈਨੂੰ ਤਾਂ ਹਲੇ ਵੀ ਸੂਟ ਐਵੇਂ ਜੇ ਲੱਗੀ ਜਾਂਦਾ। ਓਹੋ ਗੱਲ ਸੁਣ, ਨਾਲੇ ਇਹ ਸੁਣਾ ਲੈ, ਜੇ ਤੈਨੂੰ ਹਜੇ ਵੀ ਹੋਰ ਲੱਗਦਾ ਨਾ, ਕੱਲ ਨੂੰ ਹੋਰ ਲੈ ਆਵਾਂਗੇ। ਆਹ ਕਿੱਡੀ ਗੱਲ ਆ, ਕਿ ਤੂੰ ਆ ਦੇਖ, ਮੇਰੇ ਹਿਸਾਬ ਨਾਲ ਤਾਂ ਬੜਾ ਸੋਹਣਾ ਲੱਗਦਾ। ਮੈਨੂੰ ਨੀ ਸਮਝ ਆਉਂਦੀ, ਆ ਕੇ ਸੋਹਣਾ ਹੀ ਲੱਗਦਾ। ਆਹ ਦੇਖ, ਆਹ ਦੇਖ, ਲੈ ਬਣ ਗਈ ਨਾ ਗੱਲ, ਦੇਖ ਤੂੰ ਕਹਿੰਦੇ ਵਧੀਆ ਨੀ ਲੱਗਦਾ। ਕੋਈ ਨਾ ਆ ਲੈਂਦੇ ਚੰਨੀ ਨੂੰ, ਉਹਨੂੰ ਦੱਸੋ, ਬੈਠਤਾ ਹੀ ਜ਼ਿਆਦਾ ਹੋ ਗਿਆ, ਮੈਨੂੰ ਤਾਂ ਕਦੇ ਸੂਟ ਹੈ ਲਿਆ ਕੇ ਨਹੀਂ ਦਿੱਤਾ ਕੋਈ। ਲੈ ਪੁੱਤ ਬਥੇਰਾ ਵਧੀਆ ਲੱਗਦਾ ਮੇਰੀ ਧੀ ਦੇ, ਲੈ ਇਹਨੂੰ ਸਾਂਭ ਲਾ, ਮੈਂ ਵੀ ਹੁਣ ਮਾੜਾ ਕੰਮ ਇਹ ਕੰਮ ਜਾ ਕੇ ਆਉਣਾ। ਠੀਕ ਹੈ ਡੈਡੀ, ਚੱਲ ਕੋਈ ਨਾ, ਯੈਲੋ ਸੂਟ ਦਾ ਕੀ ਆ, ਫੇਰ ਲਿਆਵਾਂਗੇ, ਡੈਡੀ ਦੀ ਪਸੰਦ ਹੈ ਕਿ ਆ ਵੀ ਸਵਾਈ ਲੈਂਦੇ ਹਾਂ। ਸ਼ਰਮ ਲਾਹੀ ਆ ਨੂੰ ਸਹੁਰੇ ਨੇ, ਹੋਰਾ ਸ਼ਰਮ ਨਹੀਂ ਮੰਨਦੇ। ਜਾਂਦਾ ਮਟਕ ਮਟਕ ਆਉਂਦੇ, ਚੱਲੀ ਨੂੰ ਦੱਸ, ਮਾਰ ਕੇ ਦੱਸੂ ਲੋਕਾਂ ਨੂੰ, ਜਾਂਦੀ ਉਹਦੇ ਕੋਲੇ ਵੀ ਕਰਦੀ ਹੈ। Thank you.
ਨਹੀਂ ਮੈਨੂੰ ਐ ਦੱਸ ਨੀ ਤੇਰਾ ਖਸਮ ਹੈ ਨੀ ਸੂਟ ਲਿਆਉਣ ਨੂੰ ਮੰਗਾਉਣੀ ਆ ਤੂੰ ਉਹ ਤੋਂ ਬੁੜੇ ਤੋਂ ਸਾਡੇ ਤੋਂ ਮੰਮੀ ਆ ਬੋਲਣ ਦਾ ਕੀ ਤਰੀਕਾ ਮੇਰਾ ਸਹੀ ਤਰੀਕਾ ਤੂੰ ਮਾੜੀ ਮੋਟੀ ਸ਼ਰਮ ਮੰਨ ਉਹਨੂੰ ਕਹਿ ਜਿਹੜਾ ਕੁਛ ਕਹਿਣਾ ਗਾ ਆਪਦੇ ਬੰਦੇ ਨੂੰ ਕਿਹਾ ਕਰ ਮੇਰੇ ਬੰਦੇ ਨੂੰ ਕਹਿਣ ਦੀ ਕੋਈ ਲੋੜ ਨੀ ਹੈਗੀ ਠੀਕ ਹੈ ਮੰਮੀ ਮੇਰੇ ਵੀ ਉਹ ਡੈਡੀ ਨੇ ਠੀਕ ਆ ਮਾੜਾ ਮੋਟਾ ਬੋਲਣ ਦਾ ਨਾ ਲੈਜਾ ਲੈ ਲਓ ਡੈਡੀ ਵਾਲਾ ਤਾਂ ਲੱਛਣ ਲੱਗਦਾ ਨੀ ਹੈਗਾ ਤੇ ਤੇਰਾ ਨਾ ਉਹਦਾ ਤੁਹਾਡੇ ਦਿਮਾਗ 'ਚ ਨਾ ਗੰਦ ਭਰ ਗਿਆ ਮੈਨੂੰ ਲੱਗਦਾ ਕਾਹਦੇ ਨਾਲ ਗੰਦ ਭਰ ਗਿਆ ਮੈਂ ਆਪਦੇ ਅੱਖੀ ਦੇਖਿਆ ਗਾ ਕਿਹੜੀਆਂ ਸਿਰ ਤੇ ਲੈਂਦਾ ਗਾ ਦੁਪੱਟੇ ਦਿੰਦਾ ਉਹਦੇ ਸ਼ਰਮ ਤਾਂ ਆਉਂਦੀ ਨੀ ਉਹ ਹੈਗਾ ਚੰਗਾ ਭਰਾ ਉਹਨੂੰ ਲੈ ਕੇ ਜਾ ਜਿੱਧਰ ਲੈ ਕੇ ਜਾਣਾ ਕੁਝ ਸੁਣਦਾ ਵੀ ਕਿਸੇ ਦੀ ਕਿਉਂ ਜੇ ਇੱਕ ਵਾਰੀ ਕਿਹਾ 6 ਮਹੀਨੇ ਉਨਗਾ ਦਿੰਦਾ ਉਹ ਚੀਜ਼ ਲਿਆ ਉਹਨੂੰ ਫਿਰ ਕੀ ਹੋ ਗਿਆ ਜੇ ਮੇਰੇ ਪਿਓ ਨੇ ਮੈਨੂੰ ਸੁੱਟ ਲਿਆ ਤਾਂ 6 ਮਹੀਨੇ 'ਚ ਮੇਰਾ ਪੁੱਤ ਤੈਨੂੰ ਬੁੱਝ ਲੱਗਣ ਲੱਗ ਗਿਆ ਹੈ ਹੀ ਬੁੱਝਾ ਉਹ ਆਹੋ ਬੁੱਝਾ ਸ਼ਰਮ ਨੂੰ ਹਾ ਮਹਾਰਾਜ ਸ਼ਰਮ ਤੁਸੀਂ ਕਰੋ ਮੰਮੀ ਚੁੱਪ ਕਰ ਜਾ ਨਾਲੇ ਇਹ ਤੋਂ ਵੱਧ ਮੈਂ ਇੱਕ ਲਫ਼ਜ਼ ਵੀ ਨਹੀਂ ਸੁਣ ਸਕਦੀ ਸੁਣ ਗਿਆ ਹੁਣ ਤਾਂ ਕਿਵੇਂ ਨਹੀਂ ਸਾਲ ਸਾਜ ਤੇ ਮੈਂ ਚੰਨੀ ਨੂੰ ਦੱਸੂ ਸਾਰਾ ਕੁਝ ਦੱਸ ਦੇ ਜਿਹੜਾ ਕੁਝ ਦੱਸਣਾ ਉਹ ਸਰਾਉ ਤੈਨੂੰ ਸਮਾਰ ਕੇ ਆਜ ਜਿਹੜਾ ਹੁੰਦਾ ਨਾ ਆਜੋ ਮੈਂ ਨਹੀਂ ਡਰਦੀ ਡਰਦੀ ਹੈਗੀ ਕਿਸ ਤੋਂ ਨਹੀਂ ਡਰਦੀ ਤਾਂ ਤੂੰ ਆਪੇ ਨਹੀਂ ਚੋਰੇ ਦੀ ਸ਼ਾਹ ਹੈ ਜਿਹੜੀ ਤੈਨੂੰ ਨਾ ਰੱਬ ਵਰਗੇ ਬੰਦੇ ਨੂੰ ਚੋਰਾ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਚੋਰੀ ਤਾਂ ਅਸਲ ਤੂੰ ਆ ਹਜੇ ਮੈਨੂੰ ਅਕਲਾਂ ਦਿੰਦੀ ਆ ਆਪ ਨੂੰ ਤੈਨੂੰ ਲੱਖਣ ਨਹੀਂ ਹੈਗਾ ਨਾ ਲੱਗ ਕੇ ਉਹਦੇ ਪਿੱਛੇ ਮੈਨੂੰ ਉੱਚਾ ਨੀਵਾ ਬੋਲਦੀ ਹੈਗੀ ਨਾ ਬੋਲਣਾ ਨਾ ਜਿਹੇ ਜੇ ਤੂੰ ਇਲਜ਼ਾਮ ਲੈਣੇ ਨਾ ਮੈਂ ਤੇਰੇ ਚੱਕ ਕੇ ਸਿਰ 'ਚ ਕੁਛ ਮਾਰਨਾ ਨਹੀਂ ਤੂੰ ਬੇਟਾ ਕੀਰਾ ਟਿਕੀਰਾ ਮੈਂ ਤੈਨੂੰ ਦੱਸਾਂ ਮੰਮੀ ਹਜੇ ਵੀ ਬਾਹਰ ਚੱਲ ਜਾ ਕਿਉਂ ਹੈ ਨਾ ਆਏ ਨਹੀਂ ਮੈਂ ਡਰਦੀ ਬਾਹਰ ਚੱਲ ਜਾ ਮੇਰਾ ਕੰਮ ਕਿਹਾ ਗਾ ਮੈਂ ਤਾਂ ਜਾਉਂ ਬਾਹਰ ਮੈਂ ਇੱਥੋਂ ਡਰਨ ਵਾਲੀ ਨਹੀਂ ਹੈਗੀ ਸਮਝ ਗਈ ਤੂੰ ਬੋਲਦੀ ਕਿਵੇਂ ਨੇ ਜੇ ਮੈਂ ਬੋਲਦੀ ਹੁੰਦੀ ਜਦੋਂ ਤੂੰ ਮੇਰੇ ਪੁੱਤ ਨੂੰ ਕਹਿ ਸਕਦੀ ਹੈਗੀ ਕਿਹੜਾ ਤੇਰਾ ਪੁੱਤ ਅਕਲ ਹੈਗੀ ਉਹਨੂੰ ਟਿੰਡੇ ਜੇ ਨੂੰ ਤੇ ਵਿਆਹ ਕੇ ਤਾਂ ਤੈਨੂੰ ਉਸੇ ਨਾਲ ਹੀ ਰਹੀ ਆ ਟਿੰਡੇ ਜੇ ਨੂੰ ਬੋਲਦੀ ਹੈਗੀ ਮੇਰਾ ਪੁੱਤ ਮੈਂ ਨਾਂ ਹੀ ਰੱਖਣ ਦੀ ਕੋਈ ਲੋੜ ਨਹੀਂ ਤੈਨੂੰ ਦੱਸਦਾ ਆਖਰੀ ਵਾਰ ਮੇਰੀ ਗੱਲ ਸੁਣ ਲੈ ਮੰਮੀ ਬਾਹਰ ਹੀ ਕਿਤੇ ਫਿਰਦੀ ਆ ਆਪੋ ਅੱਜੇ ਬੜੇ ਬਣਵਾਉਂਦੀ ਸੀਗੀ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲਾ ਸ਼ਰਮ ਤਾਂ ਤੂੰ ਵੇਚ ਕੇ ਖਾ ਗਈ ਬੁੜੀਏ ਮੇਰੇ ਕਮਰੇ 'ਚ ਨਿਕਲ ਜਾ ਬਾਹਰ ਕੁਛ ਹੋ ਜਾਊਗਾ ਇੱਥੇ ਨਹੀਂ ਟਿਕੀਰਾ ਆਉਂਦੇ ਤੇਰੇ ਖਸਮ ਨੂੰ ਕਰਦੀਆਂ ਸਾਰੀਆਂ ਗੱਲਾਂ ਦੱਸਦੀਆਂ ਸਵੇਤ ਸਮੂਤ ਆ ਜਾਂਦੇ ਖਸਮ ਨੂੰ ਜਿਹੜਾ ਖਸਮ ਨੇ ਤੂਤ ਪੜਨਾ ਨਾ ਪੜ ਲੂਗਾ ਵੀ ਹਾਂ ਕੀ ਮਾਂ ਪਿਓ ਦੋਨਾਂ ਨੇ ਮਾਂ ਪੁੱਤਾਂ ਨੇ ਲੱਛਣ ਫੜੇ ਜਮੀ ਚਾਂਬੜ ਕੇ ਤੁਸੀਂ ਦਿਨੋ ਦਿਨ ਆਏ ਨਹੀਂ ਚਾਂਬੜੇ ਤਾਂ ਹੈ ਨਹੀਂ ਜਿੱਦੇ ਚਾਂਬੜ ਗਏ ਨਾ ਉਹਦੇ ਤੂੰ ਆ ਬੋਲਣਾ ਨਹੀਂ ਜਿਹੜਾ ਕੁਛ ਹੁੰਦਾ ਨਾ ਮਾਤਾ ਉਹ ਕਰ ਲੈ ਜਾ ਜਾਂਦੀ ਨਹੀਂ ਮੈਂ ਤਾਂ ਇੱਥੇ ਬੈਠੀ ਆ ਆ ਬੈਠੀ ਆ ਜਾ ਬਹਿ ਜਾ ਫਿਰ ਨਹੀਂ ਚੱਲ ਜਾ ਤੂੰ ਜਾ ਲੱਗ ਜਾ ਮੈਂ ਨਹੀਂ ਜਾਂਦੀ ਬਾਹਰ ਮੈਂ ਕਹਿੰਦੀ ਤੂੰ ਵੀ ਜਾ ਆਉਂਦੇ ਮੇਰੇ ਪੁੱਤ ਨੂੰ ਮੈਂ ਛੂ ਉਹਨੂੰ ਸਾਰਾ ਕੁਝ ਕਰ ਐ ਕਰ ਨਾਲੇ ਤੇਰੇ ਪੁੱਤ ਨੂੰ ਸਾਂਭਲਾ ਨਾਲੇ ਉਹਨੂੰ ਸਾਂਭਲਾ ਕੋਈ ਨਹੀਂ ਉਹ ਤਾਂ ਸਾਂਭੀ ਆ ਤੇਰੇ ਆਉਣ ਤੋਂ ਪਹਿਲਾਂ ਵੀ ਸਾਂਭਦੀ ਸੀਗੀ ਜਵਾਕਾ ਚੱਲ ਮੇਰੇ ਕਮਰੇ 'ਚ ਬਾਹਰ ਜਾ ਜਾ ਮੈਂ ਤਾਂ ਜਮਾ ਨਹੀਂ ਜਾਂਦੀ ਤੂੰ ਜਾ ਕਿੱਡੀ ਬੇਸ਼ਰਮ ਜਨਾਨੀ ਤੂੰ ਹੈਗੀ ਬੇਸ਼ਰਮ ਹਜੇ ਮੈਨੂੰ ਪਰਖਦੀ ਹੈਗੀ ਕੀ ਰੋਲਾ ਜਿਹਾ ਪਈ ਜਾਂਦਾ ਅੰਦਰ ਜਾ ਕੇ ਦੇਖ ਜੀ ਕਿਵੇਂ ਆ ਕੁੜੇ ਸੁਖਪਾਲ ਠੀਕ ਆ ਜੀ ਤੁਸੀਂ ਦੱਸੋ ਉਹ ਮੈਂ ਤਾਂ ਲੰਘੀ ਜਾਂਦੀ ਸੀ ਤੇ ਰੌਲਾ ਜਿਹਾ ਨਹੀਂ ਪਈ ਜਾਂਦੀ ਤੁਹਾਡਾ ਕੀ ਗੱਲ ਬਸ ਕੀ ਦੱਸਾਂ ਰੌਲਾ ਵੀ ਹੁੰਦਾ ਸੀ ਤਾਂ ਵੀ ਪਤਾ ਤਾਂ ਲੱਗੇ ਕੀ ਗੱਲ ਹੋ ਗਈ ਕੀ ਹੋਣਾ ਮੁੰਡਾ ਹੈਗਾ ਚੰਗਾ ਭਲਾ ਹਾਂ ਕੱਪੜਾ ਲੀੜਾ ਦਵਾ ਵਿੱਚ ਇਹ ਨਾ ਠੀਕ ਹੈ ਹਾਂ ਆ ਮੇਰਾ ਬੰਦਾ ਦੇਖ ਲੈ ਇਹਨੂੰ ਚੰਗੇ ਕੱਪੜੇ ਦਵਾ ਕੇ ਲਿਆਇਆ ਚੰਗਾ ਇੱਥੇ ਕਦੇ ਸਿਰ ਤੇ ਚੁੰਨੀ ਜੀ ਲੈ ਕੇ ਦਿਖਾਉਂਦਾ ਉਹਨੂੰ ਐ ਲੈ ਲੈ ਐ ਲੈ ਲੈ ਇਸ ਚੰਗਾ ਲੱਗਦਾ ਉਸ ਗੱਲ ਪਿੱਛੇ ਬੋਲੀ ਸੀ ਮੈਂ ਤਾਂ ਮੈਨੂੰ ਤਾਂ ਪਹਿਲੇ ਪਏ ਤੈਨੂੰ ਘਰੇ ਰਹਿੰਦੀ ਇਹਨੂੰ ਨਹੀਂ ਪਤਾ ਲੱਗਾ ਮੈਂ ਤਾਂ ਉਦੋਂ ਹੀ ਦੇਖ ਕੁੜੇ ਕੀ ਆ ਹੱਥ ਜਿਹਾ ਕੁੱਟੀ ਇਹਨੇ ਕੀ ਦੁਖਦੀ ਆ ਵਾ ਜੀ ਬੇਟੇ ਆਹ ਨੂੰ ਦੁਖਦੀ ਆ ਵਾ ਆ ਦੇਖ ਲਾ ਪੇਕੇ ਗਈ ਸੀ ਫੁੱਲ ਜਿਹਾ ਪਵਾਈ ਦੇਖ ਲਾ ਚਲੋ ਕੋਈ ਗੱਲ ਨਹੀਂ ਆ ਲੈ ਪੈਸੇ ਆ ਗਏ ਅੱਛਾ ਤੇ ਆ ਲੈ ਪੁੱਤ ਡੈਡੀ ਮੰਮੀ ਨਹੀਂ ਪੜਾ ਦਿੰਦੇ ਪੁੱਤ ਤੂੰ ਰੱਖ ਇੱਕ ਗੱਲ ਆ ਤੂੰ ਸਾਹਮਣੇ ਕੇ ਰੱਖ ਉਹਨੂੰ ਪਤਾ ਨਹੀਂ ਲੱਗਦਾ ਧਰ ਧੁਰ ਕੇ ਭੁੱਲ ਜਾਂਦੀ ਉਹ ਆਦੇ ਕੋਲੇ ਰੱਖੇਗਾ ਠੀਕ ਹੈ ਆਹੋ ਜਿਹਦੇ ਪੈਸੇ ਇਹਨੂੰ ਫੜਾਇਆ ਲਿਆ ਕੇ ਤੈਨੂੰ ਕੋਈ ਉਹ ਨਹੀਂ ਹੈਗਾ ਤੈਨੂੰ ਸ਼ੱਕ ਨਹੀਂ ਪਿਆ ਹੈਗਾ ਵੀ ਇਹਨੂੰ ਕਿਉਂ ਪੜਾਉਣਾ ਪੈਸੇ ਤੂੰ ਕਿਹਾ ਨਾ ਕਾਹਨੂੰ ਜੀ ਉਹਦੇ ਤਾਂ ਪੈਸੇ ਐ ਹੋ ਗਿਆ ਮੈਂ ਧਰ ਕੇ ਭੁੱਲ ਗਈ ਵੀ ਚੱਲ ਉਹਨੂੰ ਫੜਾ ਤੇ
ਮੈਂ ਵੀ ਇਹੋ ਕਰ ਲਿਆ। ਚੱਲ ਹੁਣ ਮੈਨੂੰ ਕੀ ਪਤਾ ਸੀਗਾ ਵੀ ਕੀ ਗੱਲ ਆ ਬਾਤਾਂ ਨੇ ਵਿੱਚੇ ਵਿੱਚ। ਤੈਨੂੰ ਘਰੇ ਨੀ ਪਤਾ, ਮੈਨੂੰ ਤਾਂ ਪਤਾ ਲੱਗਦਾ ਰਿਹਾ ਵੀ ਇਹਨਾਂ ਦਾ ਕਿਸੇ ਦਿਨ ਕਲੇਸ਼ ਵਧੂ ਵਧੂ। ਤੂੰ ਗੌਰ ਹੀ ਨੀ ਕਰੀ ਜਦੋਂ, ਨਾ ਮੁੰਡਾ ਗੌਰ ਕਰਦਾ। ਮੁੰਡਾ ਹੀ ਨੀ ਗੌਰ ਕਰਦਾ, ਗੌਰ ਤਾਂ ਮੈਂ ਵੀ ਐਂ ਸੀਗਾ ਵੀ ਚੱਲ ਐਂ ਕਿੱਥੇ ਹੁੰਦਾ ਹੁੰਦਾ ਹੈ, ਐਂ ਨੀ ਪਤਾ ਇਹਦਾ ਘਰ ਘਰ ਨੂੰ ਖਾਣ ਲੱਗ ਜਾਂਦਾ ਹੈ। ਹੁੰਦਾ ਕਿ ਨਹੀਂ, ਦੁਨੀਆਂ ਤਾਂ ਬਥੇਰੇ ਸੁਣੇ ਨੇ ਮੈਂ, ਨੂੰਹ ਸਹੁਰਾ ਆਏ, ਨੂੰਹ ਸਹੁਰਾ ਆਏ, ਅੱਜ ਕੱਲ੍ਹ ਤਾਂ ਜਮਾ ਹੀ ਸ਼ਰਮ ਲਈ ਫੇਰ ਨੂੰਹ ਸਹੁਰਿਆਂ ਦੀ। ਉਹੀ ਗੱਲ ਹੋ ਗਈ ਨਾ, ਮੈਂ ਤਾਂ ਸੁਣਦੀ ਨੀ ਸੀ ਕਿ ਕਿਸੇ ਦੀ, ਨਾ ਮੈਂ ਮੰਨਦੀ ਸੀ, ਅੱਜ ਮੈਂ ਅੱਖੀ ਦੇਖਿਆਗਾ ਤਾਂ ਮੈਨੂੰ ਯਕੀਨ ਹੋਇਆਗਾ। ਹੁਣ ਤਾਂ ਹੋ ਗਿਆ, ਅੱਜ ਅੱਖਾਂ ਖੁੱਲੀਆਂ ਨੇ ਮੱਚ ਜਾਣੀਆਂ ਮੇਰੀਆਂ। ਹੁਣ ਪੱਟੀ ਖੁੱਲ ਗਈ ਹੋਊਗੀ ਹੁਣ ਤਾਂ ਅੱਖਾਂ ਤੋਂ ਜਮਾ, ਹੁਣ ਤਾਂ ਕੋਈ ਫਾਇਦਾ ਹੀ ਨਹੀਂ, ਹੁਣ ਤਾਂ ਪਾਣੀ ਕਹਿੰਦੇ ਹੁੰਦੇ ਸਿਰ ਉੱਤੋਂ ਹੀ ਲੰਘ ਗਿਆ। ਕੋਈ ਨੀ, ਪਾਣੀ ਸਿਰ ਉੱਤੋਂ ਦੀ ਕੀ ਲੰਘ ਗਿਆ, ਹਜੇ ਤਾਂ ਮੁੰਡੇ ਨੂੰ ਦੱਸੋ ਸਵਾਰ ਕਿਵੇਂ। ਹਲੇ ਤਾਂ ਮੁੰਡੇ ਨੂੰ ਦੱਸਿਆ ਹੀ ਨਹੀਂ, ਹੈ ਦੱਸਿਆ ਮੈਂ ਬਾਲਾ, ਫਿਰ ਕੰਮ ਵੱਧ ਜਾਂਦਾ ਹੁੰਦਾ, ਹਜੇ ਤਾਂ ਅੰਦਰੇ ਅੰਦਰ ਆਪਦੇ ਹੱਥ ਚ ਰੱਖੀ ਬੈਠੀ ਆ ਗੱਲ, ਮੈਂ ਅੰਦਰੇ ਅੰਦਰ ਵੀ ਇਹਦਾ ਵੱਧ ਗਿਆ, ਰੱਖੀ ਰੱਖ ਮੁੱਠੀਆਂ ਆਪਦੀ ਜਿਹੜੀ ਗੱਲ ਹੈਗੀ ਮੁੱਠੀਆਂ ਚ ਰੱਖ, ਇਹਦਾ ਗੱਲ ਤਾਂ ਵੱਧ ਗਈ। ਬਾਹਰ ਤਾਂ ਲੋਕਾਂ ਨੂੰ ਪਤਾ, ਤੈਨੂੰ ਪਤਾ ਹੀ ਨੀ, ਤੂੰ ਅੱਖਾਂ ਹੀ ਨੀ ਖੋਲੀਆਂ ਹੈਗੀਆਂ। ਜਦੋਂ ਬਾਹਰ ਕੀ ਪਤਾ ਲੱਗ ਗਿਆ, ਪਤਾ ਕਿਵੇਂ ਲੱਗੇ, ਸਭ ਨੂੰ ਪਤਾ ਹੈਗਾ। ਹਜੇ ਬੋਲਦੀ ਹੈ ਮਨ ਮਨ, ਤੇ ਫਿਰ ਤੂੰ ਦੱਸ ਨਾ ਚੰਨੀ ਨੂੰ, ਦੱਸ ਚੰਨੀ ਨੂੰ ਆ ਜਾਣ ਦੇ, ਕਰਦੀ ਆ ਉਹਦੇ ਨਾਲ ਸਾਰੀ ਗੱਲਬਾਤ। ਕੀ ਮੈਨੂੰ ਤਾਂ ਚੰਨੀ ਜੀ ਨੀ ਲੱਗਦਾ ਵੀ ਕੌਣ ਕੰਡਾ ਹੈ ਜਾਂ ਕੋਈ ਕੁਛ ਕਹੂਗਾ। ਚੰਨੀ ਨੂੰ ਬੁੱਝੜ ਦੱਸਦੀ ਹੈ, ਪਤਾ ਹੀ ਆ ਬੁੱਝੜ ਦੱਸਣਾ ਹੀ ਆ ਉਹਨੇ, ਜਦੋਂ ਉਹ ਕੁਛ ਕਹਿੰਦਾ ਹੀ ਨੀ, ਉਹ ਤਾਂ ਹੱਸ ਕੇ ਟਾ ਦਿੰਦਾ ਹਰੇਕ ਗੱਲ। ਮੈਨੂੰ ਤਾਂ ਚੱਕਰ ਆਈ ਜਾਂਦੇ ਆ ਗੱਲ ਸੁਣ ਕੇ, ਚੱਕਰ ਆਈ ਜਾਂਦੇ। ਹਾਂ ਹੁਣ ਚੱਕਰ ਲਾਈ ਰੱਖ, ਹੁਣ ਤਾਂ ਕੋਈ ਫਾਇਦਾ ਨੀ, ਜਦੋਂ ਕਹਿੰਦੇ ਹੁੰਦੇ ਚਿੜੀਆ ਚੁੱਗੀ ਖੇਤ, ਫਿਰ ਪਛਤਾਏ ਕਿਆ ਬਣੇ। ਤੇਰੇ ਨਾਲ ਤਾਂ ਉਹ ਹੋਊਗੀ ਜਿਹੜੀ ਨਹੀਂ ਹੋਣੀ ਹੁੰਦੀ, ਝਾਕੇਗੀ ਫਿਰ ਮੱਥੇ ਤੇ ਹੱਥ ਤਾਂ ਰੋਇਆ ਕਰੇਗੀ, ਮੱਥੇ ਤੇ ਹੱਥੀ ਮਾਰੀ ਜਾਂਦੀ ਆ, ਨਾਲੇ ਬੋਲਦੀ ਇੰਨਾ। ਮੈਂ ਕਿਹਾ ਮੈਨੂੰ ਗੱਲ ਨੀ ਆਉਣ ਦਿੰਦੀ, ਬੋਲਦੀ ਇੰਨਾ, ਉਹ ਤਾਂ ਪਤਾ ਹੀ ਹੈ। ਬੋਲਣ ਤਾਂ ਦੋ ਜਾਣੀਆਂ, ਜਿੰਨਾ ਕੱਲਾ ਬੋਲਦੀ ਆ ਉਹ ਕੱਲੀ ਹੋਈ। ਚੱਲ ਛੱਡ ਪਰਾਂ, ਕੋਈ ਨਾ ਉਹਨੂੰ ਆ ਜਾਣ ਦੇ। ਤੂੰ ਹੋਰ ਦੱਸ ਕਿਵੇਂ ਠੀਕ ਰਹਿੰਦੀ? ਮੱਛ ਮੈਂ ਤਾਂ ਠੀਕ ਰਹਾਂ, ਮੈਂ ਤਾਂ ਲੰਘੀ ਆਈ ਸੀ ਤੁਹਾਡੇ ਬੋਲ ਬਾਰ ਤੇ ਹੀ ਸੁਣਦੇ ਆ, ਲੋਕ ਤਾਂ ਕੰਧਾਂ ਨਾਲ ਕੰਨ ਲਾਈ ਖੜੇ ਨੇ ਤੁਹਾਨੂੰ, ਤੁਸੀਂ ਆ ਜਾਣੇ ਆਏ ਵੀ ਅੰਦਰ ਬੋਲਦੇ ਆ। ਚੱਲ ਤੂੰ ਬਸ ਹੁਣ ਆਪਦੇ ਕੋਲ ਹੀ ਰੱਖ, ਬਾਹਲੀ ਗੱਲ ਗਾਹਾਂ ਨਾ, ਤੂੰ ਨਾ ਗਾਹਾਂ ਗੱਲ। ਮੈਂ ਤਾਂ ਕੁਛ ਨੀ ਕਰਦੀ, ਮੈਂ ਕੀ ਲੈਣਾ ਗਾਹਾਂ, ਤੇ ਆਪਦੀ ਗੱਲ ਨਾ ਆਪਦੇ ਘਰ ਦੀ ਆਪੇ ਸਾਂਭ ਲਾਂਗੇ, ਹੁਣ ਤੂੰ ਨਾ ਕਿਤੇ ਗਾਹਾਂ ਗੱਲ ਵਧਾ। ਮੈਂ ਤਾਂ ਕਰਦੀ ਨੀ, ਤੂੰ ਆਪਦੇ ਘਰ ਦੀ ਗੱਲ ਸੰਭਾਲ ਲਾ। ਬਸ ਸੰਭਾਲ ਲਈ, ਤੂੰ ਕਹਿਤਾ ਮੈਂ ਸੰਭਾਲ ਲਈ, ਤੂੰ ਐਂ ਦੱਸ ਚਾਹ ਦੀ ਕੁੱਟ ਪੀਵੇਂਗੀ? ਨਾ ਮੈਂ ਤਾਂ ਕੁਛ ਨੀ ਪੀਣਾ ਹੈਗਾ। ਫਿਰ ਹੁਣ ਤੂੰ ਅੱਜ ਪੱਕਾ ਘਾ ਆਏਗਾ, ਜੇ ਅੱਜ ਮੇਰਾ ਚਿੱਤ ਠੀਕ ਨਹੀਂ, ਅੱਜ ਗੱਲਾਂ ਨਹੀਂ ਮੈਥੋਂ ਤੇਰੇ ਨਾਲ ਵੱਜਦੀਆਂ। ਚੱਲ ਠੀਕ, ਫਿਰ ਆ ਜੀ ਕਿਸੇ ਦਿਨ, ਕੋਈ ਚੰਗਾ। ਹਾਏ ਲੈ ਦੇਖ ਲਾ, ਕਹਿੰਦੀ ਕੰਧੀ ਕੋਠੇ ਗੱਲ ਚੜ ਗਈ, ਮੈਨੂੰ ਪਤਾ ਨੀ, ਇਹ ਵੀ ਹੁਣ ਤਾਂ ਸੋ ਬੋ ਲੈਂਦੀ ਆ। ਚੱਲ ਕੋਈ ਨਾ, ਸੰਭਾਲਦੀ ਆ ਮੈਂ ਸਾਰੀ ਗੱਲ ਘਰੇ। ਰੀਤੋ ਯਾਰ, ਉਹ ਰੀਤ ਕਿੱਧਰ ਗਈ? ਨਾ ਤੈਨੂੰ ਹੋਰ ਤਾਂ ਬੰਦੇ ਦੀਨੇ ਨਹੀਂ ਬੈਠੇ। ਰੀਤ ਜੇ ਕੰਮ ਹੀ ਰੀਤ ਦਾ, ਤਾਂ ਰੀਤ ਨੂੰ ਬੁਲਾਉਂ। ਰੀਤ ਮੈਨੂੰ ਨਾ ਬੁਲਾਉਣ ਦੀ ਲੋੜ ਨੀ, ਬਸ ਠੀਕ ਆ। ਕੀ ਹੋ ਗਿਆ? ਢਿੱਲੀ ਢੁੱਲੀ ਤੇਰੀ ਮਾਂ, ਕਿਦਾਂ ਨੇ ਮੇਰੇ ਗੋਲਾ ਵੱਜਿਆਗਾ? ਚੱਲ ਛੱਡ ਫਿਰ, ਦੇਖ ਪੁੱਤ ਕਿੰਨੀ ਵਧੀਆ ਚਾਦਰ ਲਿਆ ਕੇ ਦਿੱਤੀ ਹੈ। ਹਾਂ ਡੈਡੀ ਬਹੁਤ ਸੋਹਣੀ ਹੈ। ਹੈ ਇੱਕ ਨਾ ਅੱਜ ਮੈਂ ਜੁੱਤੀ ਦੇਖ ਕੇ ਆਇਆਗਾ। ਜੁੱਤੀ ਇਹ ਸਾਡੇ ਕਮਰੇ ਚ ਬਿਛਾ ਕੇ ਆਣੀ ਹੈ? ਨਾ ਨਾ ਪੁੱਤੋ, ਸਾਡੇ ਕਮਰੇ ਚ ਕੀ ਆਣੀ ਹੈ, ਤੂੰ ਤੇਰੇ ਬਾਅਦ ਤੇ ਲਿਆਂਦੀ ਹੈ। ਠੀਕ ਹੈ ਡੈਡੀ। ਇੱਕ ਜੁੱਤੀ ਦੇਖ ਹੈ, ਘੁੰਗਰੂ ਲੱਗੇ ਹੋਏ ਹੈ। ਹੈ ਹਾਂ, ਉਹ ਗੱਲ ਕਰੋ ਮੈਥੋਂ ਪਹਿਲੀ ਖਰੀਦਣੀ, ਉਹ ਕਹਿੰਦਾ ਕੱਲ ਨੂੰ ਲਿਆ ਕੇ ਦੂੰ ਪਰਸੋਂ। ਚਲੋ ਨਾਲ ਉਹਦੇ ਨਾਲ ਦੇ ਮਗਾਈਏ। ਵਧੀਆ ਗੱਲ, ਇੱਕ ਹੋਰ ਵੀ ਸੁਣ ਲੈ, ਹੁਣ ਝਬੂਲੀ ਵਾਲੇ ਕਾਂਟਿਆਂ ਦੀ ਕੱਚ ਰਹਿ ਗਈ ਉਹ ਵੀ ਪਾ ਦੇ। ਜਿਹੜੇ ਝਬੂਲੀ ਵਾਲੇ ਕਾਂਟਿਆਂ ਦੀ ਗੱਲ ਕੱਚ ਰਹਿ ਗਈ ਉਹ ਵੀ ਪਾ ਦੇ। ਤੈਨੂੰ ਦੱਸਿਆ ਨਹੀਂ ਇਹਨੇ? ਮੈਂ ਤਾਂ ਤੈਨੂੰ ਜਿਹੜੀ ਗੱਲ ਕਹੀ ਉਹ ਸੁਣ ਲਾ। ਉਹ ਨਾ ਇਹ ਦੱਸਿਆ ਨਹੀਂ ਪਤਾ ਤੂੰ ਇਹਨੂੰ ਵੀ ਪਰਸੋਂ ਜਾ ਕੇ ਜਨਾਰੇ ਤੇ ਦੋ ਤੋਲੇ ਦੇ ਬਣੇ ਆ ਉਹ। ਚੱਲ ਚੰਗਾ, ਵਿੱਚੇ ਹਾਰ ਆ ਸੈੱਟ ਪੂਰਾ ਬਣਾ ਕੇ। ਸੰਗ ਤਾਂ ਆਉਂਦੀ ਨਹੀਂ ਹੈਗੀ ਨਾ। ਕਿਉਂ ਮੰਮੀ ਨੂੰ ਮਚਾਈ ਜਾਂਦੇ ਆ? ਮਚਾ ਨਹੀਂ, ਬਹੁਤ ਕੁਝ ਨਹੀਂ, ਬਸ ਬਸ ਇਹ ਸਾਰੇ ਤੇਰੇ ਕਾਰੇ ਨੇ। ਹਾਂ ਇੱਕ ਮਿੰਟ ਕੀ ਇਹ ਜੇ ਮਚਾਉਣ ਵਾਲੇ ਕੀ ਹਾਲ ਪਤਾ?
ਡੈਡੀ ਤੁਹਾਨੂੰ ਨਹੀਂ ਪਤਾ ਮੰਮੀ ਕੀ ਕੁਛ ਕਰਕੇ ਹਟੀ ਆ ਪੁੱਛ ਲੈਣਾ ਤਾਂ ਮੈਨੂੰ ਪੁੱਛ ਕੇ ਦਵਾਉਣਾ ਹੈਗਾ ਸੂਟ ਤੂੰ ਨਾ ਮੈਨੂੰ ਪੁੱਛ ਕੇ ਲੈ ਚਾਦਰ ਜੀ ਮੇਰੇ ਤਾਂ ਪੁੱਛ ਗਿੱਛ ਨੀ ਘਰ ਚ ਇਹ ਕੀ ਗੱਲ ਆ ਤੂੰ ਲਿਆ ਦੇ ਕਮਾ ਲਿਆ ਦੀ ਇੱਕੋ ਗੱਲ ਆ ਨਾ ਬੰਦਾ ਹੈਗਾ ਉਹ ਲਿਆ ਦੇ ਇਹਦਾ ਬੰਦਾ ਹੈਗਾ ਚੰਗਾ ਭਲਾ ਉਹ ਤੈਨੂੰ ਪਤਾ ਤਾਂ ਹੈਗਾ ਆਪਣੇ ਮਿੱਟੂ ਦਾ ਉਹ ਤਾਂ ਗੱਲ ਸੁਣਦੇ ਤੂੰ ਬਹਿ ਜਾ ਬਹਿ ਜਾ ਹੁਣ ਤੂੰ ਲੱਗਿਆ ਕਹਿਣ ਮਿੱਟੂ ਨੂੰ ਉਹ ਜਦੋਂ ਹੈ ਮਿੱਟੂ ਮੈਂ ਕੰਮ ਤਾਂ ਕਰਦਾ ਨਹੀਂ ਆਪਣਾ ਹੱਕ ਮੰਗਦਾ ਮੇਰੇ ਸੋਨੇ ਵਰਗੇ ਪੁੱਤ ਨੂੰ ਨਾ ਅੱਗੇ ਬੋਲਦੀ ਆ ਬੇਅਕਲ ਉਹਨੂੰ ਕਦੇ ਕੁਛ ਬੋਲਦੀ ਆ ਹੁਣ ਤੂੰ ਲੱਗਿਆ ਬੋਲਣ ਬਸ ਰਹਿਣ ਦੇ ਓਹੋ ਜੇ ਉਹ ਸਿਉਣੇ ਵਰਗਾ ਇਹ ਵੀ ਸਿਉਣੇ ਵਰਗੀ ਧੀ ਆਪਣੀ ਆਪਣੀ ਧੀ ਵਾਂ ਥੋੜੀ ਕਰ ਦਿੰਦੇ ਜੇ ਇਹਦਾ ਆਪਾਂ ਨਾ ਕਰਾਂਗੇ ਹੋਰ ਕੌਣ ਕਰੂਗਾ ਡਿਊਟੀ ਲਾਈ ਹੈ ਨਾ ਉਹਦੀ ਆਪੇ ਲਿਆ ਕੇ ਦੇਵੇ ਕੁਛ ਨਾ ਤੈਨੂੰ ਕੀ ਹੈਗਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਮੇਰੀ ਧੀ ਆ ਗਈ ਕਿਵੇਂ ਵਗ ਜਾਕੇ ਮੁੱਕੀ ਆਹੋ ਪਤਾ ਨੀ ਇੰਸਪੈਕਟਰ ਲੱਗਿਆ ਵਾ ਕੁਛ ਕਰਨਾ ਕਰ ਲਈ ਲੋਕਾਂ ਨੂੰ ਕਹਿਣਾ ਲੋਕ ਤਾਂ ਬਹੁਤ ਕੁਛ ਨਹੀਂ ਬਲ ਜਾਂਦੇ ਬਾਹਰ ਤੈਨੂੰ ਤਾਂ ਨਹੀਂ ਸੰਗ ਹੈਗੀ ਇਹ ਸੰਗ ਜੇ ਧੀ ਬਣਾਉਣਾ ਕੋਈ ਗਲਤ ਕੰਮ ਬਸ ਕਰੀ ਜਾ ਗੱਲਾਂ ਪੁੱਤਾਂ ਤੂੰ ਦੱਸ ਧੀ ਬਣਾਉਣਾ ਕੋਈ ਗਲਤ ਕੰਮ ਆ ਕੋਈ ਗੁਨਾਹ ਹੋ ਗਿਆ ਮੈਂ ਇੱਕ ਵਾਰ ਕਿਤੇ ਤੈਨੂੰ ਗਲਤ ਬੋਲਿਆ ਡੈਡੀ ਆਪਣੇ ਕਿਸੇ ਨਾਲ ਗੁਨਾਹ ਹੀ ਹੋ ਗਿਆ ਜਦੋਂ ਮੰਮੀ ਦੇ ਮਨ ਚ ਇੰਨਾ ਚੱਕ ਭਰ ਗਿਆ ਲੈ ਪੁੱਤ ਆਹ ਕੀ ਗੱਲ ਹੋਗੀ ਮੈਂ ਤਾਂ ਤੈਨੂੰ ਆਪਦੀ ਧੀ ਬਣਾਇਆ ਤੇ ਧੀ ਬਣਾ ਕੇ ਰੱਖੂ ਜਿਹਦੇ ਸੱਕ ਭਰਨਾ ਭਰੇ ਜਾਵੇ ਇੱਕ ਗੱਲ ਸੁਣ ਜੇ ਤੈਨੂੰ ਮੈਂ ਸੂਟ ਲਿਆ ਤਾਂ ਕਿੱਡੀ ਗੱਲ ਆ ਤੇ ਮਾਂ ਪਿਓ ਆਪਦੀ ਧੀਆਂ ਨੂੰ ਸੂਟ ਲਿਆ ਕੇ ਦੇ ਨਹੀਂ ਸਕਦੇ ਮੈਂ ਆਪਦੀ ਧੀ ਨੂੰ ਕਿਹੜਾ ਦੇ ਕੇ ਲਿਆਉਂਦਾ ਉਦੋਂ ਕਹਿੰਦਾ ਮੇਰੇ ਤੋਂ ਪੁੱਛ ਕੇ ਲੈ ਕੇ ਜਾਣਾ ਮੈਂ ਕਈ ਵਾਰੀ ਕਹਿੰਦੇ ਕੋਲ ਮਾਰੀ ਮਰਜ਼ੀ ਨੇ ਲੈ ਜਾਣਾ ਆਹ ਚਾਦਰਾ ਚੂਦਰਾ ਵੀ ਉਹਦੇ ਵਾਸਤੇ ਮੈਂ ਆਪ ਹੀ ਲੈ ਜਾਣਾ ਮੈਂ ਕਹਿੰਦਾ ਚੱਲ ਕੋਈ ਗੱਲ ਨੀ ਵੀ ਧੀ ਕੋਲ ਕਿੱਥੇ ਖਾਲੀ ਜਾਵਾਂਗੀ ਆਹ ਤੈਨੂੰ ਵੀ ਮੈਂ ਲਿਆ ਦਿੰਦਾ ਇਹ ਵੀ ਮੈਂ ਤਾਂ ਲਿਆ ਸੀ ਪਰਸੋਂ ਚੌਥੇ ਤੂੰ ਕਰੀ ਜਾਂਦੀ ਸੀ ਚੰਨੀ ਨੂੰ ਆਹ ਦੇਖ ਲਾ ਚਾਦਰ ਜੀ ਕਿੱਡੇ ਦੀ ਆ ਬਦਲਣ ਵਾਲੀ ਆ ਮੈਂ ਚੱਲ ਉਹਦਾ ਲਿਆ ਦੇ ਦਿੰਦਾ ਕਿ ਮੈਂ ਲਿਆ ਸੀ ਮੈਂ ਕੀ ਗੁਨਾਹ ਕਰਤਾ ਵੀ ਇਹਦੇ ਚ ਡੈਡੀ ਤੇ ਮੰਮੀ ਨੀ ਪਤਾ ਹੋਣਾ ਵੀ ਕੀ ਗੁਨਾਹ ਕਰਤਾ ਨਾਲੇ ਤੁਸੀਂ ਘੱਟ ਬੋਲੋ ਫਿਰ ਐਵੇਂ ਤੁਹਾਡਾ ਵੀ ਮੈਂ ਤਾਂ ਅੱਜ ਪਤਾ ਲੱਗੇਗਾ ਵੀ ਗੱਲ ਆਹ ਗੱਲ ਬਣੀ ਜਾਂਦੀ ਗੱਲ ਮੈਂ ਤਾਂ ਆਪਦਾ ਬਣਾ ਕੇ ਲਿਆ ਦਿੱਤਾ ਵੀ ਚੱਲ ਮੇਰੀ ਧੀ ਆ ਵੀ ਚੰਨੀ ਆਪਦਾ ਕੰਮ ਤੇ ਲੱਗਿਆ ਰਹਿੰਦਾ ਗਾ ਵੀ ਉਹਦਾ ਇਹ ਕੰਮ ਮੈਨੂੰ ਧਿਆਨ ਨੀ ਦਿੰਦਾ ਵੀ ਚੱਲ ਮੈਂ ਲਿਆ ਦਿੰਦਾ ਗਾ ਮੈਨੂੰ ਤਾਂ ਸਮਝ ਨੀ ਆਉਂਦੀ ਗੱਲ ਦੀ ਆਹ ਵੀ ਚੀਜ਼ ਲਿਆ ਕੇ ਦੇਣੀ ਕੋਈ ਗੁਨਾਹ ਹੋ ਗਿਆ ਡੈਡੀ ਮੈਨੂੰ ਤਾਂ ਆਪ ਅੱਜ ਪਤਾ ਲੱਗਿਆ ਮੈਨੂੰ ਤਾਂ ਮੰਮੀ ਨੇ ਨਾ ਜਦੋਂ ਤੇ ਆਪਾਂ ਕੱਪੜੇ ਲੈ ਕੇ ਮੇਰੇ ਕਮਰੇ 'ਚ ਵੀ ਨਹੀਂ ਵੜਨ ਦਿੱਤਾ ਦੇਖ ਆਪਣਾ ਰਿਸ਼ਤਾ ਭਾਵੇਂ ਸਹੁਰੇ ਵਾਲਾ ਮੈਂ ਸਹੁਰਾ ਗਾ ਤੂੰ ਮੇਰੀ ਨੂੰਹ ਆ ਪਰ ਮੈਂ ਇਹ ਗੱਲ ਕਿਤੇ ਸਮਝੀ ਨਹੀਂ ਮੈਂ ਤਾਂ ਤੈਨੂੰ ਧੀ ਬਣਾਇਆ ਪੁੱਤ ਤੇ ਧੀ ਬਣਾ ਕੇ ਰੱਖੋ ਜਿਹਨੇ ਕੁਛ ਸਮਝਣਾ ਸਮਝੀ ਜਾਵੇ ਮੇਰੇ ਕੋਲ ਤਾਂ ਗੱਲ ਸਿੱਧੀ ਆ ਇੱਕ ਗੱਲ ਦੇਖ ਪਰਮਾਤਮਾ ਤਾਂ ਦੇਖਦਾ ਨਾ ਹਾਂ ਡੈਡੀ ਇਹ ਬਸ ਫਿਰ ਆਪਾਂ ਪਰਮਾਤਮਾ ਨੂੰ ਪਤਾ ਤੇ ਤੈਨੂੰ ਪਤਾ ਹੈਗਾ ਨਾ ਆਪਾਂ ਕਦੇ ਪੁੱਤੀ ਗਲਤ ਬੋਲਿਆ ਤੇ ਨਾ ਤੈਨੂੰ ਬੋਲਣਾ ਜਿਹੜਾ ਕੁਛ ਸੋਚਦਾ ਕਿਸੇ ਨੂੰ ਸੋਚੀ ਜਾਣਗੇ ਇਹ ਗੱਲ ਦਾ ਤੂੰ ਧਿਆਨ ਰੱਖੀ ਇਹ ਗੱਲ ਨਾ ਕਹੀ ਦੇਖ ਜੇ ਤੈਨੂੰ ਐਂ ਲੱਗਦਾ ਗਾ ਜੇ ਲੋਕਾਂ ਦਾ ਕੰਮ ਤਾਂ ਹੈ ਨੀਗਾ ਮੇਰੇ ਕੋਲ ਵੀ ਆਪਾਂ ਕਿਤੇ ਵੀ ਤੂੰ ਦੇ ਦੇ ਬਾਪੂ ਮੈਨੂੰ ਕਦੇ ਵੀ ਤੂੰ ਗਲਤ ਬੋਲਿਆ ਹੋਵੇ ਡੈਡੀ ਤੁਸੀਂ ਤਾਂ ਚੰਗੇ ਹੋ ਪਰ ਲੋਕ ਤਾਂ ਨਹੀਂ ਚੰਗੇ ਹੈਗੇ ਪਤਾ ਨਹੀਂ ਕੀ ਮੈਨੂੰ ਸਮਝ ਨਹੀਂ ਆਉਂਦੀ ਗੱਲ ਇਹ ਵੀ ਆਦੀ ਧੀਆਂ ਨੂੰ ਪਿਆਰ ਕਰਨਾ ਗਲਤ ਗੁਨਾਹ ਹੋ ਗਿਆ ਕੋਈ ਆਹ ਤਾਂ ਮੈਨੂੰ ਪਹਿਲੀ ਵਾਰ ਗੱਲ ਸੁਣੀ ਤਾਂ ਪਤਾ ਨਹੀਂ ਮੰਮੀ ਕੀ ਕੁਛ ਕਰਵਾਉਗੀ ਤੁਸੀਂ ਜਾ ਕੇ ਸਮਝਾ ਦਿਓ ਉਹਨੂੰ ਜੇ ਸਮਝਦੀ ਹੈ ਤਾਂ ਚੰਨੀ
ਜੇ ਚੰਨੀ ਬੋਲੂ ਪੁੱਤ ਉਹਨੂੰ ਮੈਂ ਸਾਂਪ ਵੀ ਪਾ ਦੂੰਗਾ ਨਾ ਗਾਲੀ ਤੇਰੀ ਮਾਂ ਨੂੰ ਵੀ ਇੱਥੇ ਹੁਣ ਪੂਰਾ ਛੱਟੀ ਪਾਊਂਗਾ ਹੁਣ ਤਾਂ ਮੈਂ ਸਾਂਪ ਜੀ ਪਾ ਕੇ ਹਟ ਗਿਆ ਛੋਟੀ ਜੀ ਇਸ ਤੋਂ ਬਾਅਦ ਪੂਰਾ ਛੱਟੀ ਪਊਗਾ ਉਹਨੂੰ ਯਾਦ ਹੀ ਰੱਖੂਗੀ ਚੱਲ ਕੋਈ ਨਾ ਡੈਡੀ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਤੁਹਾਡੇ ਵਾਸਤੇ ਬਣਾ ਲਿਆ ਪੁੱਤ ਆਹ ਤਾਂ ਮੈਂ ਪਹਿਲੀ ਵਾਰ ਸੁਣਦਾ ਗਾ ਵੀ ਆਪਦੀ ਜੇ ਮੇਰੀ ਨੂੰਹ ਆ ਮੈਂ ਆਪਦੀ ਧੀ ਬਣਾ ਕੇ ਰੱਖੀ ਬੈਠਾ ਉਹਨੂੰ ਇਹ ਕੀ ਗੁਨਾਹ ਹੋ ਗਿਆ ਲੈ ਮੈਂ ਚੀਜ਼ ਨਹੀਂ ਲਿਆ ਕੇ ਦੇਖ ਸਕਦਾ ਉਹਨੂੰ ਆਹ ਤਾਂ ਹੱਦ ਹੋ ਗਈ ਮੈਨੂੰ ਤਾਂ ਪਹਿਲੀ ਵਾਰ ਸਮਝ ਨਹੀਂ ਆਉਂਦੀ ਵੀ ਮੇਰੀ ਧੀ ਹੈ ਵੀ ਮਾਂ ਦੀ ਧੀ ਬਣਾ ਕੇ ਰੱਖੀ ਹੈ ਜੇ ਮੈਂ ਨਾ ਰੱਖੂਗਾ ਕੀ ਹੋ ਗਿਆ ਮੈਂ ਉਹਦਾ ਸਹੁਰਾਂਗਾ ਫਿਰ ਕੀ ਗੱਲ ਗੁਨਾਹ ਹੋ ਗਿਆ ਹੈ ਤਾਂ ਮੇਰੀ ਧੀ ਧੀ ਨੂੰ ਮੈਂ ਧੀ ਨਾ ਬਣਾਉਂ ਹੋਰ ਕੀ ਕਰੂੰਗਾ ਹੱਦ ਹੋ ਗਈ ਇਹਨੂੰ ਆਪਦੇ ਬੰਦੇ 'ਤੇ ਵਿਸ਼ਵਾਸ ਨਹੀਂ ਇਹ ਕੰਮ ਜਿਹੜੇ ਮੈਂ ਕਰੀ ਜਾਂਦਾ ਉਹਦਾ ਹੱਕ ਸੀਗਾ ਕਰਨ ਦਾ ਕਰਨਿਆ ਚੱਲ ਕੋਈ ਗੱਲ ਨਹੀਂ ਇਹ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਹੀ ਜਾਣੂ ਜਾਣਾ ਬਸ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਮੇਰਾ ਤਾਂ ਤੂੰ ਹੀ ਹੈ ਬਸ ਮੇਰੇ ਰੱਖੀ ਵਾਹਿਗੁਰੂ 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 ਨੀ ਕੀ ਕਰੀ ਇਹਨੇ ਬੈਠੀ ਅਸ਼ਕਰ ਬੇਬੇ ਆਏ ਬਾਇਆ ਕਰ ਹੋਰ ਕਿਵੇਂ ਚਾ ਲਿਆ ਵਾ ਨਾ ਨਾ ਕਾਸੀ ਦੀ ਲੋੜ ਨਹੀਂ ਮੈਂ ਤਾਂ ਨੰਗੀ ਜਾਂਦੀ ਸੀ ਤੇ ਮੈਂ ਤੇਰੀ ਸੱਸ ਕੋਲ ਖੜ ਗਈ ਉਹ ਤਾਂ ਬਾਲੇ ਕੁਛ ਬੋਲੀ ਜਾਂਦੀ ਸੀ ਕੁੜੇ ਕੀ ਹੋ ਗਿਆ ਤੁਹਾਡੇ ਘਰੇ ਲੜਾਈ ਲੜੂੜੀ ਹੋ ਗਈ ਨਹੀਂ ਬੇਬੇ ਕੀ ਕਹਿੰਦੀ ਸੀ ਉਹ ਤਾਂ ਬਲਾਈ ਕੁਛ ਕਹਿੰਦੀ ਸੀਗੀ ਕਹਿੰਦੀ ਉਹਨੇ ਤਾਂ ਸਾਂਭ ਰੱਖਿਆ ਮੇਰਾ ਘਰ ਵਾਲਾ ਨੂੰਹ ਨੇ ਸਾਂਭ ਰੱਖਿਆ ਕਹਿੰਦੀ ਉਹੀ ਰਨ ਹੈ ਉਹਦੀ ਤਾਂ ਉਹ ਆਦੀ ਕਹਿੰਦੀ ਕਿਧਰੇ ਤਾਂ ਉਹਨੂੰ ਕਾਂਟੇ ਕਰਾਤੇ ਕਿਧਰੇ ਹਾਰ ਬਣਵਾ ਤਾ ਹੈ ਚਾਦਰਾਂ ਲਿਆ ਲੈ ਦਿੰਦਾ ਇਹਦੀ ਬੈਡ ਦੇ ਵਿਛਾਉਣ ਵਾਲੀਆਂ ਸੂਟ ਲਿਆ ਕੇ ਦਿੱਤਾ ਲਿਆ ਤਾਂ ਵੀ ਭੌਂਕੀ ਜਾਂਦੀ ਹੈ ਕੁੱਤੀ ਕੁੱਤੇ ਵਾਲੀ ਜੀਭ ਲੱਗ ਰਹੀ ਬੇਬੇ ਉਹਦੀ ਨਾ ਸੁਣਿਆ ਕਰ ਨਾਲੇ ਪਿੰਡ ਚ ਅੱਗੇ ਨਾ ਗੱਲ ਕਰਦੀ ਮੈਂ ਤਾਂ ਕਾਹਨੂੰ ਕਰਦੀ ਆ ਗੱਲ ਮੈਂ ਤਾਂ ਐ ਆਦੀ ਵੀ ਉਹ ਇੰਨਾ ਬੋਲੀ ਜਾਂਦੀ ਸੀ ਭੜਕੀ ਪਈ ਸੀ ਤਾਂ ਬਲਾਈ ਵੀ ਤਾਂ ਕਲੇਸ਼ ਤਾਂ ਜਮੀ ਨਹੀਂ ਡਰਦੀ ਹੈਗੀ ਜਮੀ ਨਹੀਂ ਡਰਦੀ ਉਹ ਕੁੱਤਨੀ ਪਟਾਊਗੀ ਡੈਡੀ ਤੇ ਜਿੱਦੇ ਮਰਜੀ ਪਟਾਲੇ ਨਾਲੇ ਚੱਪਲਾਂ ਖਾ ਕੇ ਹਟੀ ਆਪਦੀ ਗਲਤੀ ਤੋਂ ਅੱਛਾ ਵੀ ਇੰਨੀ ਲੜਾਈ ਤਾਂ ਹੀ ਮੈਨੂੰ ਪਤਾ ਲੱਗਾ ਮੈਂ ਲੰਗੀ ਆਂ ਜੀ ਰੌਲਾ ਬਲਾਈ ਪਈ ਜਾਂਦਾ ਸੀਗਾ ਰੌਲਾ ਪਵੇ ਨਾ ਬੇਬੇ ਚਿੱਕਾਂ ਵੱਜੀ ਜਾਂਦੀਆਂ ਸੀਗੀਆਂ ਹੁਣ ਦੇਖ ਜਿਹੜਾ ਮੇਰਾ ਸਹੁਰਾ ਉਹਨੇ ਕਦੇ ਐ ਨਹੀਂ ਸੋਚਿਆ ਹੈਗਾ ਵੀ ਇਹ ਮੇਰੀ ਨੌਂ ਆ ਮੈਨੂੰ ਧੀ ਸਮਝਦਾ ਤੇ ਮੈਂ ਉਹਨੂੰ ਡੈਡੀ ਸਮਝਦੀ ਆ ਹੁਣ ਇਹ ਚ ਕੀ ਗਲਤੀ ਅਸੀਂ ਪਿਓ ਧੀ ਦਾ ਰਿਸ਼ਤਾ ਨਿਭਾ ਰਹੇ ਹਾਂ ਤੇ ਇਹਦਾ ਪਤਾ ਨਹੀਂ ਕਿਹੜਾ ਟੇਸ਼ਨ ਫੜ ਲੇ ਉਹ ਛੱਕ ਕਰਦੀ ਆ ਭਾਈ ਮੈਂ ਤੈਨੂੰ ਸਿੱਧੀ ਗੱਲ ਦੱਸਦੀ ਕਰੀਏ ਬੇਬੇ ਫਿੱਡੇ ਖਾਊਗੀ ਕਿਸੇ ਦਾ ਕੁਝ ਨਹੀਂ ਲੈ ਕੇ ਜਾਂਦੀ ਖਾ ਤਾਂ ਲੈ ਫਿਰ ਹੋਰ ਕਿਵੇਂ ਹੋਰ ਵੀ ਖਾਊਗੀ ਹਜੇ ਜੇ ਹਜੇ ਵੀ ਨਹੀਂ ਟਿਕਦੀ ਫਿਰ ਹੋਰ ਵੀ ਖਾਊ ਤਾਂ ਨਾ ਮੈਂ ਤੈਨੂੰ ਦੱਸ ਦੀ ਨਹੀਂ ਸਕਦੀ ਗਾਲਾਂ ਹੀ ਇੰਨੀ ਸੀ ਬੜੀਆਂ ਭੈੜੀਆਂ ਗੰਦੀਆਂ ਗੰਦੀਆਂ ਗਾਲਾਂ ਕਹੀ ਸੀ ਕਹਿੰਦੀ ਇਹਨਾਂ ਦਾ ਤਾਂ ਇਹੋ ਜਿਹਾ ਰਿਸ਼ਤਾ ਹੈ ਨੂੰ ਸਹੁਰਾ ਕਿਹੜੇ ਕੋਈ ਨਾ ਮੇਰੇ ਮੂੰਹ ਤੇ ਕੱਢਣ ਦੇ ਦੇਖੀ ਉਹਦੇ ਜੇ ਨਾ ਹਲਕ ਤੇ ਬੁਰਕਾ ਵੱਢ ਲਿਆ ਕੱਢਣ ਦੇ ਨੂੰ ਬੋਲਣ ਦੇ ਬਾਲਾ ਕੁਝ ਬੋਲਦੀ ਸੀ ਕਹਿੰਦੀ ਉਹਨੇ ਸਾਂਭ ਲਿਆ ਕੰਜਰੀ ਨੇ ਗਏ ਘਰ ਦੀ ਫਲਾਣਾ ਤੇ ਕੰਜਰੀ ਦੇ ਦੱਸ ਨਹੀਂ ਚੱਲਦੀ ਕੰਜਰੀ ਤੇ ਕਹਿੰਦੇ ਤੂੰ ਆ ਬਾਲਾ ਕੁਝ ਬੋਲੇ ਤੇ ਮੈਂ ਫਿਰ ਤੈਨੀ ਨੂੰ ਪਤਾ ਨਹੀਂ ਕਹਿੰਦੀ ਉਹਨੂੰ ਤਾਂ ਆਦੀ ਪਤਾ ਨਹੀਂ ਕੀ ਸਿਰ ਚ ਪਾਸੇ ਜਮਾ ਹੀ ਨਹੀਂ ਬੋਲਦਾ ਕਹਿੰਦੀ ਬੇਬੇ ਨੰਗ ਨੇ ਪਿੱਛੇ ਤਾਂ ਇਹਨੇ ਕੁਛ ਦੇਖਿਆ ਨਹੀਂ ਹੈਗਾ ਇੱਥੇ ਜੇ ਮੇਰਾ ਸਹੁਰਾ ਹੁਣ ਮੈਨੂੰ ਕੱਪੜਾ ਲੀੜਾ ਲਿਆ ਦਿੰਦਾ ਮੱਚਦੀ ਆ ਨਹੀਂ ਉਹ ਤਾਂ ਬਾਲੇ ਹੀ ਦੂਸ਼ਰ ਲਾਉਂਦੀ ਸੀ ਉਹ ਤਾਂ ਆਏ ਆ ਫਲਾਣਾ ਤਿਮਕਾ ਉਹ ਗੱਲ ਕਿਹੜੀ ਆਦੀ ਕਿਧਰੇ ਉਹਦੇ ਸਿਰ ਤੇ ਚੁੰਨੀਆਂ ਦੇ ਉਹ ਦੇਖੂਗਾ ਵੀ ਸੋਹਣੀ ਲੱਗਦੀ ਹੈ ਤੂੰ ਤਾਂ ਬਾਲੇ ਸੋਹਣੀ ਲੱਗਦੀ ਆ ਜਾਣਦੇ ਮੇਰੇ ਤਾਂ ਉਹ ਪਿਓ ਆ ਪਿਓ ਬਣਾਇਆ ਪਿਓ ਹੀ ਰਹੂਗਾ ਅਸਾ ਕਦੇ ਸਹੁਰੇ ਵਾਲਾ ਰਿਸ਼ਤਾ ਜਮੀ ਨਹੀਂ ਸੋਚਿਆ ਹੈਗਾ ਵੀ ਸਹੁਰਾ ਨਹੀਂ ਆਏ ਤਾਂ ਮੈਨੂੰ ਵੀ ਪਤਾ ਹੈ ਚਰਨੇ ਦਾ ਸੁਭਾਅ ਤਾਂ ਇਹੋ ਜਿਹਾ ਹੈ ਹੀ ਨਹੀਂ ਬਾਲਾ ਹੀ ਵਧੀਆ ਸੁਭਾਅ ਹੈ ਵੀ ਉਹਦੇ ਵਰਗੇ ਸਹੁਰੇ ਤਾਂ ਨਾ ਘਰ ਘਰ ਹੋਣ ਸਹੀ ਗੱਲ ਹੈ ਤੇਰੀ ਰੀਤ ਬੇਬੇ ਸਹੀ ਗੱਲ ਨੂੰ ਤਾਂ ਸਹੀ ਹੀ ਕਿਹਾ ਜਾਊਗਾ ਗਲਤ ਤਾਂ ਆਪਾਂ ਉਹ ਹੀ ਨਹੀਂ ਕਿਸੇ ਨੂੰ ਕਹਿੰਦੇ ਹੈਗੇ ਗਲਤ ਉਹ ਕਹਿੰਦੀ ਹੈ ਨਾ ਜੇ ਜਮੀ ਨਹੀਂ ਹਟਦੀ ਹੈਗੀ ਤੈਨੂੰ ਤੰਗ ਕਰਨ ਨੂੰ ਮੈਂ ਤਾਂ ਐਂ ਕਹਿਣੀ ਹੈ ਮਾੜੀ ਤਾਂ ਤੈਨੂੰ ਦੱਸਦੀ ਹੈ ਚੱਕ ਕੇ ਗੋਡਾ ਥੱਲੇ ਲੈ 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 ਬੇਬੇ ਫਿਰ ਲਾਉਂਗੀ ਗੋਡਾ ਥੱਲੇ ਮੈਂ ਨਹੀਂ ਡਰਦੀ ਡਰਦੀ ਹੈਗੀ ਕਿਸੇ ਤੋਂ ਨਾਲੇ ਫੇਰ ਲੋਟ ਆ ਜੂ ਕੁਸਕਣੀ ਨਹੀਂ ਫਿਰ ਤਾਂ ਲੋਟ ਤਾਂ ਮੈਂ ਹੁਣ ਕਰਦਾ ਮੈਂ ਕਹਿੰਦੀ ਵੀ ਚੱਲ ਕਾਹਨੂੰ ਸੱਸ ਹੈ ਮੈਂ ਲਿਹਾਜ਼ ਕਰਦੀ ਇਹਦੀ ਉਮਰ ਦੀ ਨਹੀਂ ਮੇਰੇ ਅੱਗੇ ਕੁਛ ਨਹੀਂ ਇਹ ਹਾਂ ਕਹਿੰਦੇ ਹੁੰਦੇ ਮੂੰਹ ਨਾ ਖੋਲਣ ਦਾ ਕੋਈ ਫਾਇਦਾ ਨਹੀਂ ਜੇ ਹੱਥਾਂ ਨਹੀਂ ਖੁੱਲ ਜਾਣ ਤਾਂ ਹੀ ਚੰਗੀਆਂ ਗੱਲਾਂ ਨੇ ਜੇ ਸੁਧਰਦੀ ਹੈ ਠੀਕ ਹੈ ਨਹੀਂ ਫਿਰ ਮੈਂ ਇਹਨੂੰ ਆਪੇ ਲੋਟ ਕਰੂੰ ਆਪਦੇ ਹਿਸਾਬ ਨਾਲ ਫਿਰ ਕਰਨਾ ਹੀ ਪਊਗਾ ਹਾਂ ਚੱਲ ਤੂੰ ਹੁਣ
ਤੂੰ ਵੀ ਨਾ ਦੱਸੀ ਵੀ ਆਈ ਸੀਗੀ ਬੇਬੇ। ਨਾ ਬੇਬੇ ਮੈਨੂੰ ਤਾਂ ਕੀ ਲੋੜ ਆ ਦੱਸਣ ਦੀ, ਤੇ ਤੂੰ ਅੱਗੇ ਨਾ ਗੱਲ ਕਰੀ ਬੇਬੇ। ਮੈਂ ਤਾਂ ਕਰੀ ਨਹੀਂ ਕਦੇ, ਕਿਉਂਕਿ ਜੇ ਸਾਡੇ ਘਰ ਚੋਂ ਗੱਲ ਤੀਜੇ ਘਰ ਚ ਗਈ ਉਹ ਫਿਰ ਸਮਝਣਾ ਵੀ ਤੇਰੇ ਕੋਲ ਜਾਊ, ਕਿਉਂਕਿ ਕਿਸੇ ਨੂੰ ਮੈਨੂੰ ਕੀ ਲੋੜ ਹੈ। ਤੁਸੀਂ ਤਾਂ ਇੱਕ ਹੋ ਜਾਓਗੇ ਹੁਣ ਹੀ ਆ, ਤੁਸੀਂ ਤਾਂ ਪਰਿਵਾਰ ਹੋ ਇੱਕ, ਮੈਂ ਆ ਬਗਾਨੀ, ਮੇਰੇ ਛਿੱਤਰੀ ਖਾਊ ਕਿਸੇ ਗਾਹਾਂ ਗੱਲ ਕਰੂੰਗੀ, ਮੈਨੂੰ ਕੀ ਲੋੜ ਹੈ। ਨਾ ਬੇਬੇ ਹੈਗੀ ਆਪਣੇ ਪਿੰਡ ਚ ਬਾਵਾ ਬੁੜੀਆਂ ਜਿਹੜੀਆਂ ਅੱਗੇ ਜੇ ਅੱਗੇ। ਓਹੋ ਉਹਨਾਂ ਬੁੜੀਆਂ ਚ ਮੈਨੂੰ ਨਾ ਰੜਾ, ਮੈਂ ਨਹੀਂ ਹੈਗੀ ਆਏ ਜੀ। ਚੱਲ ਚੰਗਾ, ਚਾਹ ਬਣਾ ਕੇ ਲਿਆਵਾਂ? ਨਾ ਨਾ, ਮੈਂ ਤਾਂ ਆ ਜਾਣੀ ਆਪਣੇ ਘਰ ਦਾ ਰਿਸ਼ਤਿਆਂ ਜਾਂ ਮੰਗੂ ਵੀ ਆ ਜਾਣ ਪਛਾਣ ਪਹਿਲਾਂ ਤੋਂ ਸ਼ੁਰੂ ਤੋਂ ਆਪਣਾ ਵਰਤਿਆ ਬਹੁਤ ਹੈ। ਮੇਰੇ ਡੈਡੀ ਦੱਸਦਾ ਹੁੰਦਾ ਸੀ, ਕਹਿੰਦਾ ਵੀ ਤੇਰੀ ਦਾਦੀ ਸੱਸ ਹੋਣਾ ਨਾ ਵਰਤਦੀ। ਉਹੀ ਤਾਂ ਘਰ ਵਾਲੀ ਗੱਲ ਸੀ ਸਾਡੀ ਤਾਂ ਧੀਏ। ਅੱਛਾ ਅੱਛਾ, ਚੰਗਾ ਬੇਬੇ, ਠੀਕ ਹੈ ਪੁੱਤ। ਬੜਾ ਬੁੜੀ ਨੇ ਦਿਮਾਗ ਖਰਾਬ ਕਰਿਆ, ਉਹ ਲੋਕਾਂ ਨੂੰ ਸਵਾਦ ਦਵਾਉਂਦੀ ਫਿਰਦੀ ਆ, ਇਹੋ ਜਿਹੀ ਇਹ ਜਿਹੜੀ ਚੱਕ ਕੇ ਮੂੰਹ ਆ ਜਾਂਦੀ ਇੱਥੇ। ਹੁਣ ਨਜ਼ਾਰਾ ਆਊ, ਪੂਰਾ ਫੂਸ ਪਾਤਾ ਮੱਚਦੀ ਅੱਗ ਤੇ, ਨਾਲ ਤਾਂ ਸੱਸ ਨੂੰ ਲਾਤੀ ਆਊਂਗਾ ਤੇ ਨਾਲੇ ਲਾਤੀ ਆ ਨੂੰਹ ਨੂੰ। ਹੁਣ ਦੇਖੀ ਬਿਨਾਂ ਪੈਸਿਆਂ ਤੋਂ ਫਿਲਮ ਦੇਖਿਆ ਕਰੂੰਗੀ ਮੈਂ ਤਾਂ, ਰੋਜ਼ ਵਧੀਆ ਸ਼ੋਅ ਦੇਖਿਆ ਕਰੂੰ। ਬਾਪੂ ਮਰ ਗਿਆ ਬੇ? ਨਹੀਂ, ਉਹ ਰੀਤ ਤੇ ਮਰ ਗਿਆ, ਬਾਪੂ ਨੀ ਮਰਿਆ ਹੈਗਾ। ਉਹ ਕੀ ਬਕਵਾਸ ਕਰੀ ਜਾਂਦੀ ਤੂੰ ਬੇ? ਆ ਤੇਰੇ ਕੰਨ ਨਾ ਸੁਣਨ ਤੋਂ ਮੈਂ ਕੀ ਹੁਣ ਤੈਨੂੰ ਕਹਾਂ, ਤੂੰ ਨੀ ਸਮਝਿਆ ਕਦੇ, ਤੂੰ ਨੀ ਸਮਝਿਆ ਮੇਰੀ ਗੱਲ। ਤੈਨੂੰ ਨੀ ਉਹ ਸਮਝਦੀ, ਮੈਨੂੰ ਐ ਦੱਸ ਤੇਰੇ ਨਾਲ ਕਦੇ ਹੱਸਦੀ ਖੇਡਦੀ ਹੈਗੀ ਆ ਉਹ? ਤੈਨੂੰ ਕਦੇ ਕਦੇ ਤਾਕੂ ਗੰਡਾ ਜਾ, ਕਦੇ ਗਿੱਠੂ ਜਾ, ਕਦੇ ਕੁਛ ਸਭ ਕੁਛ ਬੋਲਦੀ ਹੈਗੀ। ਆਪਦਾ ਇਲਾਜ ਕਰਾ ਲਾ, ਬਸ ਗੱਲ ਇੱਕੋ ਹੀ ਹੈਗੀ ਮੇਰੇ ਕੋਲ ਤਾਂ। ਮਾਂ ਤੇਰੀ ਗੱਲ ਤੇ ਮੈਂ ਗੌਰ ਕਰਨ ਵਾਲੀ ਹਾਂ, ਪਹਿਲਾਂ ਮੈਨੂੰ ਬੇਬੇ ਨੇ ਵੀ ਕਿਹਾ ਸੀ। ਬੇ ਕਿਹੜੀ ਬੇਬੇ ਦੀ ਗੱਲ ਕਰੀ ਜਾਂਦਾ? ਉਹ ਇੱਕ ਤਾਂ ਬੇਬੇ ਆਪਾਂ ਦੀ। ਬੇ ਕਿਹੜੀ ਭਲਾ ਦੀ? ਨਾਂ ਲੈ ਕੇ ਦੱਸ। ਅਮਿੰਦਰ। ਬੇ ਗੱਲ ਸੁਣ ਲਾ, ਮੈਨੂੰ ਹੀ ਦੱਸਿਆ ਸੀ ਬੇਬੇ ਨੇ, ਮੈਂ ਪਹਿਲਾਂ ਨਾ ਉਸਦੀ ਗੱਲ ਤੇ ਗੌਰ ਨਹੀਂ ਕੀਤੀ, ਪਰ ਫਿਰ ਮੈਨੂੰ ਮਾੜਾ ਜਿਹਾ ਸ਼ੱਕ ਪਿਆ। ਫਿਰ ਮੈਂ ਸਮਾਰ ਕੇ ਦੇਖਿਆ, ਕਦੇ ਤਾਂ ਉਹਨੂੰ ਸੂਟ ਲਿਆ ਕੇ ਦਿੰਦਾ, ਕਦੇ ਉਹਨੂੰ ਜੁੱਤੀ ਵਾਸਤੇ ਪੁੱਛਦਾ, ਕਦੇ ਉਹਨੂੰ ਕੰਨਾਂ ਵਾਲੇ ਵਾਸਤੇ। ਬੇ ਮੈਨੂੰ ਤਾਂ ਕਦੇ, ਮੇਰੀ ਤਾਂ ਉਹ ਜਾਤ ਹੀ ਨਹੀਂ ਪੁੱਛਦਾ ਹੁਣ ਕਿ ਤੂੰ ਕੌਣ ਆ ਤੇ ਮੈਂ ਕੌਣ ਆ। ਸੁਣ ਲਾ ਮੇਰੀ ਗੱਲ। ਲੈ ਮਾਂ, ਫਿਰ ਸਿਰ ਉੱਤੋਂ ਦੀ ਪਾਣੀ ਲੰਘ ਗਿਆ, ਫਿਰ ਥੂ ਥੂ ਕਰਾਈ ਜਿੰਨਾ ਦੋਨੇ ਜਣੇ ਇਹ ਤੇ ਹੋਰ। ਹੁਣ ਘਰ ਵਾਲੀ ਮੇਰੀ ਵਾਲੀ ਤੇ ਦੱਬੀ ਇਹ ਬੈਠਾ। ਬੇ ਗੱਲ ਸੁਣ, ਪਹਿਲਾਂ ਤਾਂ ਮੈਂ ਡਰਦੀ, ਤੈਨੂੰ ਦੱਸਿਆ ਨਹੀਂ ਸੀ, ਪਰ ਮੈਂ ਜਦੋਂ ਆਪਦੀ ਅੱਖੀ ਦੇਖਿਆ ਨਾ, ਦੇਖ ਲਾ ਮੇਰੀ ਨਹੀਂ ਕਦੇ ਐ ਸਿਰ ਤੇ ਚੁੰਨੀ ਦਿੱਤੀ, ਉਹਦੇ ਐ ਸਮਾਰ ਸਮਾਰ ਕੇ ਸੂਟ ਲਾ ਲਾ ਕੇ ਦੇਖੇ, ਫਿਰ ਮੈਨੂੰ ਪੂਰਾ ਸ਼ੱਕ ਹੋਇਆ, ਫਿਰ ਮੇਰੇ ਦਿਲ ਨੇ ਮੰਨਿਆ ਵੀ ਹਾਂ ਗੱਲ ਤਾਂ ਸੌ ਆਨੇ ਸੱਚੀ ਐ। ਬਾਪੂ ਸ਼ਰਮ ਨਹੀਂ ਆਈ ਤੇਰੀ ਨੂੰਹ ਆਏ? ਓਏ ਓਏ, ਮੈਂ ਤਾਂ ਪਿਓ ਕਹਿਣ ਨੂੰ ਸ਼ਰਮ ਆਉਂਦੀ ਆ ਓਏ। ਬੇ ਕੰਜਰਾ, ਇੱਥੇ ਬੈਠਾ ਰੋਈ ਜਾਏਗਾ ਕਿ ਕੁਛ ਕਹੇਗਾ ਵੀ ਉਹਨੂੰ? ਉਲਟਾ ਮੈਨੂੰ ਪਤਾ ਮੇਰੇ ਨਾਲ ਜਵਾਨ ਲੜਾਉਂਦੀ ਆ, ਜਵਾਨ ਲੜਾਉਂਦੀ ਆ, ਹੱਦੋਂ ਬੇਹੱਦਾਂ ਗੱਲਾਂ ਕਹਿੰਦੀਆਂ ਨੇ ਮੈਨੂੰ ਉਹ। ਉਹਦੀ ਇੰਨੀ ਹਿੰਮਤ ਤੇ ਬੋਲਦੀ ਆ ਉੱਚਾ ਬੇ ਉੱਚਾ ਐਂ ਬੋਲਦੀ ਹੈਗੀ, ਦੋ ਘਰੇ ਸੁਣਦਾ ਹੈਗਾ। ਇੱਕ ਦਿਨ ਤਾਂ ਨਾ ਉਹੀ ਬੇਬੇ ਮਹਿੰਦਰ ਬਾਜਾਂ ਸੁਣ ਕੇ ਆ ਗਈ, ਕਹਿੰਦੀ ਕੀ ਹੋਈ ਜਾਂਦਾ ਤੁਹਾਨੂੰ? ਫਿਰ ਕਹਿੰਦੀ ਤੁਹਾਨੂੰ ਮੈਂ ਕਿਹਾ ਸੀ ਨਾ। ਤਾਂ ਹੀ ਮੈਂ, ਮੇਰੇ ਨਾਲ ਕਿਉਂ ਕੌੜ ਕੌੜ ਬੋਲਦੀ, ਹਰ ਗੱਲ ਪੁੱਠਾ ਜਵਾਬ ਦਿੰਦੀ ਆ।
ਨਾਲੇ ਗੱਲ ਸੁਣ ਲਾ, ਅਮਿੰਦਰ ਬੇਬੇ ਨੂੰ ਨਾ ਸਾਰੀ ਗੱਲ ਦਾ ਪਤਾ ਹੈਗਾ। ਇਹਦੇ ਤਾਂ ਪਤਾ ਨੀ ਕਿੱਥੇ ਕਿੱਥੇ ਗੱਲ ਜਾਊ, ਬੇ ਡਰ ਲੱਗਦਾ ਕੰਧੀ ਕੌਲੀ ਗੱਲ ਚੜੂਗੀ ਹੁਣ ਤਾਂ। ਥੂ ਥੂ ਕਰਾਤੀ ਆਪਾਂ ਪਿੰਡ 'ਚ, ਅੱਜ ਦਾ ਕੰਡਾ ਕੱਢਦਾ ਫਿਰ। ਬੇ ਕੱਢ ਦੇ, ਹੋਰ ਹੁਣ ਪੁੱਛ ਪੁੱਛ ਕੇ ਗੱਲ ਕਰੇਗਾ ਮੈਂ ਨਾ। ਮਾਂ ਗੱਲ, ਤੈਨੂੰ ਅਕਲ ਕਿੱਦੀ ਆਊਗੀ? ਮਾਂ ਗੱਲ ਝੂਠੀ ਨਾ ਨਿਕਲ। ਬੇ ਨਹੀਂ ਝੂਠੀ ਹੈਗੀ, ਬੇ ਸੁਣ ਲਾ ਕਰ ਗੱਲ ਮੇਰੀ, ਨਹੀਂ ਝੂਠੀ। ਲੈ ਮਾਂ ਫਿਰ ਇਹਦਾ ਕੰਡਾ ਕੱਢਿਆ ਹੀ ਜਾ। ਹੁਣ ਆਊਗੀ ਲੋਟ ਇਹ ਜਿਹੜੀ ਮੈਨੂੰ ਬੁੱਧੂ ਬਣਾਉਂਦੀ ਫਿਰਦੀ ਹੈਗੀ। ਹਾਏ ਹਾਏ, ਸਿਰ ਫਟੀ ਜਾਂਦਾ ਮੇਰਾ ਤਾਂ, ਘਰ 'ਚ ਕੀ ਕੁਛ ਹੋਈ ਜਾਂਦਾ ਗਾ। ਹਾਂ ਦੱਸ ਕੀ ਕਰਕੇ ਆਇਆ ਹੁਣ? ਉਹ ਹੈ ਹੀ ਨਹੀਂ ਇੱਥੇ ਕਮਰੇ 'ਚ। ਬੇ ਉਧਰ ਬਾੜੇ 'ਚ ਨਾ ਗਈ ਹੋਵੇ। ਤੂੰ ਪਹਿਲਾਂ ਕਿਉਂ ਦੱਸਿਆ ਮੈਨੂੰ? ਬੇ ਗੱਲ ਸੁਣ ਮੇਰੀ, ਆ ਹੁਣ ਨਾ ਅੱਥ ਨੇ ਗੱਲ ਕਰੀ ਉਹਦੇ ਨਾਲ, ਠੀਕ ਹੈ? ਹਾਂ ਜਾ ਜਾ ਆ। ਤੈਨੂੰ ਉਹ ਮਾੜਾ ਜਿਹਾ ਬੈਠਣ ਦੇ। ਹਾਂ ਤੂੰ ਮੈਨੂੰ ਦੱਸ ਗੱਲ, ਜਵਾਕਾਂ ਨੂੰ ਸਮਝਾਉਂਦੇ ਹੁੰਦੇ ਆ, ਐਂ ਨੀ ਕਹਿੰਦੇ ਹੁੰਦੇ ਵੀ ਘਰਦਿਆਂ ਨੂੰ ਕਿਸੇ ਮੈਂਬਰ ਨੂੰ ਮਾਰ ਦਿਓ? ਆ ਤੂੰ ਕੀ ਗੱਲਾਂ ਕਰੀ ਜਾਂਦੀ ਆ? ਕੀ ਗੱਲਾਂ ਕਰੀ ਜਾਂਦੀ ਆ? ਜਿਹੜਾ ਕੁਛ ਘਰ 'ਚ ਹੋਈ ਜਾਂਦਾ ਨਾ ਉਹੀ ਗੱਲਾਂ ਕਰਦੀ ਆ ਮੈਂ। ਉਹ ਮੈਨੂੰ ਸਭ ਪਤਾ ਹੈਗਾ ਤੇਰੇ ਮਨ 'ਚ ਕੀ ਚੱਲੀ ਜਾਂਦਾ ਤੇ ਉਹਦੇ ਮਨ 'ਚ ਕੀ ਚੱਲੀ ਜਾਂਦਾ। ਉਹ ਪੋਤਾ ਤੇਰਾ, ਉਹਨੂੰ ਸਮਝਾ ਕੇ ਰੱਖ, ਜੇ ਉਹਨੂੰ ਗੱਲ ਉਹ ਕਹਿੰਦਾ ਵੀ ਤਾਂ ਵੀ ਤੇਰਾ ਫਰਜ਼ ਬਣਦਾ ਰੋਕਣ ਦਾ, ਤੂੰ ਉਹਨੂੰ ਗਾਲਾਂ ਲਾਈ ਜਾਂਦੀ ਆ। ਕਿਹੋ ਜਿਹੀ ਤੀਵੀਆਂ ਤੂੰ, ਆ ਤੇ ਬੰਦੇ ਨੂੰ ਮਰਵਾਉਣ ਤੇ ਤੁਰੀ ਆ। ਮੇਰੀ ਗੱਲ ਸੁਣਦਾ, ਪੁੱਤ ਨੂੰ ਤਾਂ ਉਹ ਜਮਾ ਬੂਝਣ ਸਮਝਦੀ ਆ, ਹੁਣ ਤਾਂ ਕੁਛ ਵੀ ਨਹੀਂ ਸਮਝਦੀ ਉਹ। ਜੇ ਬੂਝਣ ਨੂੰ ਬੂਝਣ ਨਾ ਸਮਝੂ ਤਾਂ ਹੋਰ ਕੀ ਸਮਝੂਗੀ, ਤੂੰ ਹੈ ਹੀ ਬੂਝਣ। ਅੱਛਾ ਇਹ ਨਹੀਂ ਪਤਾ ਲੱਗਦਾ, ਸਾਰਾ ਦਿਨ ਕੰਮ ਕੰਮ। ਉਹਨੂੰ ਮੈਂ ਕਹਿ ਬਾਜੀ ਕਿਹਾ ਹੈਗਾ, ਪੁੱਤ ਕੰਮ ਦੇ ਨਾਲ ਨਾਲ ਘਰ ਦਾ ਮੈਂਬਰ ਵੀ ਜ਼ਰੂਰੀ ਹੁੰਦਾ, ਤੇਰਾ ਹੱਕ ਬਣਦਾ ਕਿ ਤੂੰ ਉਹਨੂੰ ਘੁਮਾਉਣ ਲੈ ਕੇ ਜਾ, ਉਹਦੇ ਕੋਲ 10 ਮਿੰਟ ਬੈਠ, ਕੰਮ ਵੀ ਜ਼ਰੂਰੀ ਆ, ਸਾਰਾ ਕੁਛ ਜ਼ਰੂਰੀ ਆ। ਨਾ ਕੰਮ 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 ਉਹ ਹੈਗਾ ਹੈਗੀ ਆ, ਮੈਥੋਂ ਕੀ ਕਰਾਉਣਾ ਫਿਰ? ਇਹ ਤਾਂ ਗੁਰੂ ਨਾਲ ਘਟਾ ਜਦੋਂ ਗੱਲ ਨਹੀਂ ਮੰਨਦਾ ਉਹ। ਮੇਰੀ ਗੱਲ ਸੁਣਦਾ, ਮੈਨੂੰ ਵੀ ਕਹਿ ਸਕਦੀ ਆ, ਸਾਰੀ ਗੱਲ ਤੈਨੂੰ ਕਹਿੰਦੀ ਆ। ਕੀ ਗੱਲ? ਮੈਂ ਮਰ ਗਈ ਘਰ ਚੋਂ? ਉਹ ਤਾਂ ਮਰਿਆ ਨਾਲ ਵੀ ਵਜਾ ਦੇ ਆ। ਤੇ ਗੱਲ ਸੁਣ ਮੇਰੀ, ਉਹ ਤਾਂ ਹੀ ਬੈਠੀ ਇੱਥੇ, ਨਹੀਂ ਅੱਜ ਨੂੰ ਕਿੱਦੇ ਟੱਪ ਜਾਂਦੀ ਉਹ? ਅੱਛਾ ਹਾਂ, ਮੈਂ ਉਹਨੂੰ ਕਿਹਾ ਹੈ ਪੁੱਤ ਕੋਈ ਗੱਲ ਨੀ, ਉਹ ਤਾਂ ਜਿਹੇ ਜਿਹਾ ਹੈਗਾ ਹੈਗਾ, ਜੇ ਕੋਈ ਚੀਜ਼ ਦੀ ਲੋੜ ਹੁੰਦੀ ਮੈਨੂੰ ਦੱਸ ਦਿਆ ਕਰ। ਕੋਈ ਨੀ, ਮੈਂ ਸੁਧਾਰੂ ਹੁਣ, ਨਾਲੇ ਮੁੰਡੇ ਨੂੰ ਦੱਸਿਆ ਸਾਰਾ ਮੈਂ, ਮੈਂ ਤਾਂ ਦੱਸੂਗੀ ਸਾਰਾ ਕੁਛ ਜੋ ਕੁਛ ਘਰ 'ਚ ਹੋਈ ਜਾਂਦਾ, ਸਮਝ ਗਿਆ? ਤੂੰ ਨਾ ਵਿੱਚ ਆ ਹੁਣ। ਵਿੱਚ ਕਿਉਂ ਨਾ ਆਵਾਂ? ਮੈਂ ਤੈਨੂੰ ਦੱਸਦੀ ਗੱਲ, ਕੀ ਦੱਸਦੀ? ਕੋਈ ਉੱਨੀ ਉੱਕੇ ਹੋਈ ਨਾ, ਤੂੰ ਸਮਝ ਲੈ ਗਈ। ਚੱਲ ਮੈਂ ਤਾਂ ਕੋਈ ਗੱਲ ਨੀ, ਪਰ ਮੈਂ ਆਹ ਕੰਮ ਨਹੀਂ ਹੋਣ ਦੇਣਾ ਜਿਹੜਾ ਉਹ ਕਰਦੀ ਆ। ਮੇਰੀ ਮੌਤ ਹੁੰਦੀ ਤਾਂ ਹੋ ਜੇ, ਮੈਂ ਹੁੰਦੀ ਮਰੀ ਆ ਫਿਰ ਵੀ ਮਰ ਜੂ, ਚੰਗੀ ਗੱਲ ਆ ਗਈ। ਉਹ ਘਰ ਪੱਟੇ ਜਾਂਦੇ ਹੁੰਦੇ ਆ, ਉਹ ਮੇਰੀ ਧੀ ਆ ਤੇ ਧੀ ਬਣਾ ਕੇ ਰੱਖੀ ਵੀ ਆ, ਤੇਰੇ ਮਨ 'ਚ ਪਤਾ ਨੀ ਕੀ ਗੋਹਾ ਭਰਿਆ ਪਿਆ, ਮੈਨੂੰ ਨੀ ਸਮਝ ਆਉਂਦੀ ਗੱਲ ਦੀ। ਮੇਰੇ ਨਾਲ ਤਾਂ ਕੋਈ ਰਾਏ ਕਰਦਾ ਹੀ ਨਹੀਂ, ਹੁਣ ਵੀ ਮੈਂ ਘਰ 'ਚ ਹੈ ਨਹੀਂ, ਮੈਂ ਕਿਹੜਾ ਸ਼ਾਮਲਾ ਇਸ ਘਰ 'ਚ, ਮੈਨੂੰ ਐਂ ਵੀ ਦੱਸ ਦੇ। ਉਹ ਸ਼ਾਮਲੀ ਆ, ਹੁਣ ਤੱਕ ਤੇਰੀ ਰਾਏ ਨਹੀਂ ਚੱਲਿਆ ਕਿ ਰਾਏ ਨੂੰ ਮੈਂ ਕੀ ਕਰਤਾ, ਇੱਕ ਉਹਨੂੰ ਚਾਦਰ ਲਿਆ ਤੇ ਮੇਰੇ ਕਸੂਰ ਲਿਆਤਾ, ਕੀ ਪਤਾ ਨੀ ਮੈਂ ਗਨਾਹ ਕਰਤਾ ਜੇ ਨਹੀਂ ਪੁੱਛਿਆ ਤਾਂ। ਨਾ ਇਹੀ ਗੱਲ ਮੁੰਡੇ ਨੂੰ ਵੀ ਕਹਿ ਸਕਦੀ ਹੈਗੀ, ਤੂੰ ਕਹਿ ਸਕਦਾ ਮੁੰਡੇ ਨੂੰ? ਉਹ ਬਥੇਰਾ ਕਹਿਆ ਮੁੰਡੇ ਅੰਦਰ ਬਾਰੇ, ਮੈਂ ਕਹਿਆ ਉਧਰ ਵੀ ਕਿਹਾ ਬਾਪੂ ਤੂੰ ਆਏ ਤਾਂ ਹੈ ਨਾ, ਕਹਿੰਦਾ ਨਾ ਬਿਨਾਂ ਗੱਲ ਤੋਂ ਬੁੱਧੜ ਬਣਾ ਦਿੰਦੇ ਉਹਨੂੰ, ਉਹ ਕੰਮ ਨਹੀਂ ਕਰਨ ਜਾਂਦਾ। ਉਹ ਮੈਂ ਉਹਨੂੰ ਕਿਹਾ ਸੀ, ਮੈਂ ਕਹਿੰਦਾ ਸੂਟ ਸਾਟ ਲਿਆ ਤਾ, ਕਹਿੰਦਾ ਸਾਰਾ ਹੱਕ ਮੰਨਦਾ, ਕਹਿੰਦਾ ਤੂੰ ਹੈ ਤਾਂ ਹੈਗਾ, ਉਹ ਤਾਂ ਮੈਨੂੰ ਐਂ ਕਹਿ ਕੇ ਲੰਘ ਗਿਆ ਬਾਪੂ, ਤੇਰੇ 'ਚ ਮੇਰੇ 'ਚ ਕੀ ਫਰਕ ਆ? ਅੱਛਾ ਫਿਰ ਮੈਨੂੰ ਕਹਿ ਸਕਦੀ ਹੈ, ਤੂੰ ਕਹਿ ਸਕਦਾ ਜਾ ਕੇ ਨੂੰਹ ਨੂੰ ਕਾਲੀ ਦਾ ਕੱਪੜਾ ਦਵਾ ਲਿਆ। ਮੈਂ ਉੱਤੇ ਕਿਹਾ ਸੀ, ਮੈਂ ਪੁੱਤ ਤੇਰੀ ਮਾਂ ਨੂੰ ਕਹਿਦੀ, ਇੱਕ ਦਿਨ ਤੈਨੂੰ ਕਿਹਾ ਵੀ ਸੀ ਉਹਨੇ, ਤੂੰ ਕਹਿੰਦੀ ਹਜੇ ਕੀ ਹੋਇਆ, ਹਜੇ ਤਾਂ ਨਵਾਂ ਡਿਜ਼ਾਈਨ ਆਊ, ਉਹ ਠਹਿਰ ਕੇ ਦੇ ਰਹੀ, ਹੁਣ ਤੇਰੇ ਕੋਲ ਹੈਗਾ ਮੁੜ ਕੇ, ਤੂੰ ਐਂ ਕਹਿ ਦਿੰਦੀ ਆ। ਤੂੰ ਵੀ ਪਤਾ ਨਹੀਂ ਕਿਹਦੇ ਹੱਥ ਤੇ ਚੜੇ ਹੋਏਗਾ, ਤੂੰ ਵੀ ਦਿਨੋ ਦਿਨ ਵੱਧਦਾ ਜਾਂਦਾ ਵੱਧਦਾ ਜਾਂਦਾ, ਬੋਲਦੇ ਜਾਂਦਾ, ਕਦੇ ਨੀ ਮੇਰੇ ਹੱਥ ਤੇ ਚੱਕਿਆ ਸੀ, ਉਹਦੇ ਅੰਦਰ ਬੈਠੇ ਨੇ ਮਿੰਟ ਲਾਇਆ ਮੇਰੇ ਮਾਰਨ ਨੂੰ। ਉਹ ਜੋ ਇਹਦੇ ਸਿਰ ਤੇ ਕਿਹਦੇ ਚੱਕਾ ਤੇ ਹੈਗਾ, ਤੂੰ ਮੈਨੂੰ ਐ ਵੀ ਦੱਸ ਦੇ। ਉਹ ਮੈਂ ਤਾਂ ਨਾ ਕਿਸੇ ਚੱਕ ਤੇ ਆਇਆ, ਤੱਕ ਤੇ ਨਾ ਮਾਮਾ ਕਾਹਨੂੰ, ਮੈਨੂੰ ਪਤਾ ਪਾਗਲ ਬਣਾ ਰੱਖਿਆ ਮੈਨੂੰ ਤੁਸੀਂ? ਮੈਨੂੰ ਤਾਂ ਆਇਆ ਮੇਰਾ ਘਰ ਵਸਦਿਆਂ ਚ ਰਹਿ ਜੇ, ਪਰ ਮੈਨੂੰ ਲੱਗਦਾ ਜਿੱਥੋਂ ਤੱਕ ਮੇਰਾ ਐੜ ਗਿਆ ਨਾ, ਤੂੰ ਪੱਟ ਕੇ ਹਟੇਗੀ। ਉਹ ਬਚਾਇਆ ਹਜੇ ਵੀ ਬਚਾਈ ਦਾ,
ਬਸ ਬਸ ਮੇਰੇ ਨਾਲ ਨਾ ਹੁਣ ਵੱਧ ਘੱਟ ਗੱਲ ਕਰਨ ਦੀ ਲੋੜ ਨੀ, ਹੁਣ ਚੰਨੀ ਕਰੂ ਜੋ ਕੁਛ ਕਰਦਾ, ਠੀਕ ਹੈ ਨਾ? ਚੱਲ ਕੋਈ ਗੱਲ ਨੀ, ਪਤਾ ਨੀ ਇਹਨਾਂ ਦੇ ਦਿਮਾਗ ਚ ਕੀ ਭਰਿਆ ਪਿਆ, ਚੱਲ ਸਮਝ ਨੀ ਆਉਂਦੀ ਗੱਲ ਦੀ, ਕਿੱਡੀ ਕੀ ਮੈਂ ਗੁਨਾਹ ਕਰਤਾ, ਇੱਕ ਸੂਟ ਲਿਆਤਾ ਤੇ ਇੱਕ ਚਾਦਰ ਲਿਆਤੀ, ਆਪਦੇ ਘਰੇ ਲਿਆ ਕੇ ਦਿੱਤਾ, ਆਪਦੀ ਧੀ ਨੂੰ ਲਿਆ ਕੇ ਦਿੱਤਾ, ਪਤਾ ਨੀ ਇਹਨਾਂ ਨੂੰ ਕੀ ਹੋਈ ਜਾਂਦਾ, ਸਮਝ ਨੀ ਆਉਂਦੀ ਗੱਲ ਦੀ, ਕਿਉਂ ਨੀ ਇਹ ਗੱਲ ਸਮਝਦੇ? ਦੱਸ ਦੱਸ ਜੇ ਉਹਨੇ ਕਹਿਤਾ ਮਾੜਾ ਮੋਟਾ ਵੀ ਬੁੱਝੜਾ ਤਾਂ ਬੁੱਝੜੀ ਆ, ਬੰਦਾ ਅੱਕਿਆ ਸਭ ਕੁਛ ਕਹੂਗਾ, ਜਦੋਂ ਉਹਦੇ ਨਾਲ ਨੀ ਜਾਣਾ ਬਹਿੰਦਾ ਨੀ ਰਾਤ ਨੂੰ ਆਊਗਾ, ਬਸ ਛੇਤੀ ਲਿਆਓ ਰੋਟੀ ਮੈਂ ਤਾਂ ਪੈਣਾ ਗਾ, ਲੈ ਥੱਕਿਆ ਪਿਆ, ਦੱਸ ਕੀ ਫਿਰ ਬੰਦਾ ਕੀ ਕਰੂਗਾ, ਸਮਝ ਨੀ ਆਉਂਦੀ ਗੱਲ ਦੀ, ਕੀ ਹੋਇਆ ਇਹਨਾਂ ਨੂੰ, ਸਾਰਾ ਘਰ ਮੇਰੇ ਦਾ ਖਰਾਬ ਹੋਈ ਜਾਂਦਾ, ਆਹ ਹੁਣ ਉੱਤੋਂ ਆਹ ਸਕੀਮਾਂ ਬਣਾਈ ਜਾਂਦਾ, ਕੋਈ ਨੀ ਮੈਂ ਮਰਵਾਉਣਾ ਤੁਹਾਨੂੰ ਉਹਨੂੰ। ਲੈ ਮੈਨੂੰ ਕੀ ਕਹਿੰਦੀ ਸੀ, ਬੁੱਝੜ ਕੀ ਕੁਛ ਬੋਲਦੇ, ਲੈ ਭਾਈ ਲੈ ਮੇਰੇ ਪਿਓ ਦੇ ਉੱਤੇ ਡੋਰੀਆਂ ਪਾਉਣ ਨੂੰ ਫਿਰਦੀ ਹੈ, ਖੱਜਲ ਭੈਣ, ਲੈ ਇਹਦਾ ਮੈਂ ਕਰਦਾ, ਹੈਂ ਬੋਲਦੀ ਨਹੀਂ, ਲੈ ਹੁਣ ਬੋਲ ਹੁਣ ਬੋਲ ਬੋਲ ਚਲੈ, ਲੈ ਹੁਣ ਕੰਮ ਖਤਮ ਹੋ ਗਿਆ, ਹੁਣ ਨਿਕਲ ਚੱਲੀ ਕੋਈ ਟਾਈਮ ਨਾ। ਕੀ ਹੋ ਜਾਂਦਾ ਤੈਨੂੰ, ਉੱਥਾਂ ਰੀਤ ਕਿੱਥੇ ਆ ਗਈ? ਰੀਤ ਹੁਣ ਭੇਜ ਨਾ ਪੈਸੇ ਮੰਗਦੀ, ਕਹਿੰਦੀ ਮੈਂ ਮੇਰੇ ਭਰਾ ਨੂੰ ਦੇਣੇ ਆ, ਥੋੜੇ ਕਈ ਵਾਰੀ ਲੋੜ ਹੁੰਦੀ ਰਿਸ਼ਤੇਦਾਰੀ ਚ ਦਿੱਤੇ ਜਾਂਦੇ ਆ, ਉਹਨੂੰ ਕਹਿ ਮੈਂ ਇੱਥੋਂ ਲੈ ਜੂਗੀ। ਬਾਪੂ ਉਹ ਤਾਂ ਬਹੁਤ ਦੂਰ ਭੱਗ ਗਈ, ਹੋ ਨੀ ਆਉਂਦੀ ਵਾਪਸ ਹੁਣ। ਦੂਰ ਬਾ ਕਿੱਥੇ, ਕੀ ਕਹੀ ਇਹਨਾਂ ਤੂੰ? ਬਾਪੂ ਮੇਰੀਆਂ ਗੱਲਾਂ ਨੀ ਸਮਝ ਆਉਣੀਆਂ ਤੈਨੂੰ। ਕਿਉਂ? ਉਹ ਤਾਂ ਬਹੁਤ ਦੂਰ ਭੱਗ ਗਈ ਤੇਰੀ ਕਹਾਣੀ, ਪਿੰਡ ਭੇਜਤਾ ਤੂੰ ਉਹਨੂੰ, ਉਹ ਮੇਰੇ ਧੀ ਆ ਗਏ, ਉਹ ਮੇਰੇ ਧੀ ਨੂੰ ਪਿੰਡ ਪੁੰਡ ਨਾ ਭੇਜ ਸਕਦਾ ਤੈਨੂੰ ਮੈਂ, ਮੇਰੇ ਉਹ ਤੋਂ ਬਿਨਾਂ ਕੁਛ ਨੀ ਗਾ, ਉਹਨਾਂ ਮੈਂ ਪਿਆਰ ਤੈਨੂੰ ਨੀ ਕਰਦਾ ਜਿੰਨਾ ਉਹਨੂੰ ਕਰਦਾ। ਬਾਪੂ ਕਿਉਂ ਫੁੱਦੂ ਖਿੱਚੀ ਹੈ ਨਾ, ਉਹ ਤੇਰੀ ਧੀ ਨੀ ਸੀ ਤਾਂ ਧੀ ਆ, ਧੀ ਨੂੰ ਧੀ ਕਰੂ, ਹੋਰ ਕੀ ਗਾ, ਹੋਰ ਕੀ ਆ, ਉਹ ਮਾਂ ਮੈਨੂੰ ਦੱਸਦੀ ਸੀ ਕੀ ਲੱਗਦੀ ਮੈਂ ਲੱਗਦੀ ਆ, ਉਹ ਮਾਂ ਮਗਰ ਲੱਗ ਕੇ ਤਾਂ ਉਹਦਾ ਘਰ ਨਾ ਪੱਟ ਲਈ, ਜੇ ਉਹਨੂੰ ਪਿੰਡ ਭੇਜਿਆ ਤਾਂ ਜਾ ਕੇ ਲਿਆ ਉਹਨੂੰ। ਬਾਪੂ ਮੈਨੂੰ ਉਹਦੀ ਲੋੜ ਨੀ, ਇਹ ਜੀ ਜਨਾਨੀ ਦੀ, ਓਏ ਉਹੀ ਜਿਹਾ ਤੈਨੂੰ ਕਦੇ ਮਿਲਣੀ ਵੀ ਨਹੀਂ, ਦੱਸਾਂ ਗੱਲ ਤੈਨੂੰ ਮੈਂ, ਉਹ ਮੈਨੂੰ ਚਾਹੀਦੀ ਵੀ ਨਹੀਂ ਇਹ ਜੀ, ਮੈਨੂੰ ਇਹ ਚਾਹੀਦੀ ਆ ਜਿਹੜੀ ਆਪਦੇ ਘਰ ਵਾਲੇ ਨੂੰ ਘਰ ਵਾਲਾ ਸਮਝਦੇ ਆ, ਮਾਰੀ ਜਾਣਾ ਬੈਠਾ ਗੱਲਾਂ। ਮੈਨੂੰ ਨੀ ਸਮਝਦੀ ਸੀ ਬਾਪੂ, ਉਹ ਤੈਨੂੰ ਸਮਝਦੀ ਘਰ ਵਾਲਾ, ਘਰ ਵਾਲਾ ਨੀ ਸਮਝਦੀ, ਮੈਨੂੰ ਪਿਓ ਸਮਝਦੀ ਆ, ਉਹਦਾ ਤੇ ਮੇਰੀ ਧੀ ਦਾ ਧੀ ਤਾਂ ਹੋ ਗਿਆ, ਆਂਦਾ ਤੇਰੀ ਸਹੁੰ ਖਾ ਕੇ ਕਹਿ ਦੇਣਾ ਜੇ ਕੋਈ ਇਹੀ ਗੱਲਬਾਤ ਹੋਵੇ ਕਿਤੇ ਵੀ, ਜੇ ਹਜੇ ਵੀ ਤੈਨੂੰ ਯਕੀਨ ਨਹੀਂ ਆਉਂਦਾ ਚਾਹ ਗੁਰਦੁਆਰੇ ਚੱਲ ਵੜਦਾਂਗਾ, ਮੇਰੀ ਧੀ ਆ ਤਾਂ ਧੀ ਰਹੂਗੀ, ਅੱਜ ਤੱਕ ਮੈਨੂੰ ਕਹਾ ਗੱਲ ਕਹਿਦੀ, ਦੁਬਾਰੇ ਮੈਨੂੰ ਕਿਤੇ ਆਹ ਗੱਲ ਨਾ ਕਹਿਦੀ। ਬਾਪੂ ਸੱਚੀ ਸੱਚੀ ਨੂੰ ਕਿ ਮੈਂ ਝੂਠ ਮਾਰਦਾ, ਕਿੱਡੀ ਗੱਲ ਹੋ ਗਈ, ਤੇਰੀ ਮਾਂ ਨੇ ਇੱਕ ਸੂਟ ਲਿਆ ਤਾ, ਲੈ ਜੇ ਸੂਟ ਲਿਆ ਤਾ ਮੇਰਾ ਹੱਕ ਨਹੀਂ ਮੰਨਦਾ ਆਪਦੀ ਧੀ ਨੂੰ ਸੂਟ ਲਿਆ ਕੇ ਦੇਣ ਦਾ, ਮੈਂ ਕੋਈ ਗੁਨਾਹ ਕਰਤਾ? ਫਿਰ ਇੱਕ ਚਾਦਰ ਲਿਆ ਤੀ, ਇੱਕ ਦਿਨ ਤੈਨੂੰ ਕਹੀ ਜਾਂਦੀ ਸੀ ਚਾਦਰ ਲਿਆਉਣੀ ਆ, ਤੂੰ ਕਹਿੰਦਾ ਮੇਰੇ ਕੋਲ ਤਾਂ ਟਾਈਮ ਹੈ ਨੀਗਾ ਤੇ ਆਪ ਹੀ ਲਿਆਈ, ਮੈਂ ਜਾ ਕੇ ਦੂਜੇ ਬਾਜ਼ਾਰ ਚ ਗਿਆ ਜੀ ਮੈਂ ਚਾਦਰ ਲਿਆ ਤੀ, ਜੇ ਮੈਂ ਚਾਦਰ ਲਿਆ ਤੀ ਮੈਂ ਕੋਈ ਗੁਨਾਹ ਕਰਤਾ? ਮੇਰੇ ਨਾਲ ਕੋਈ ਗਲਤ ਹੋ ਗਈ? ਆਪਦੇ ਸੱਕ ਸੱਕ ਚ ਨਾ ਕਿਤੇ ਆਹਦਾ ਘਰ ਨਾ ਪੱਟ ਕੇ ਬਹਿ ਜੀ, ਇਹੋ ਜਿਹਾ ਮੈਂ ਪਿਓ ਨੀਗਾ ਜਿਹੜਾ ਆਪਦੀ ਧੀ ਨੂੰ ਮੈਂ ਕਹੂੰਗਾ, ਮਾਰੀ ਜਾਂਦਾ ਬੈਠਾ ਗੱਲਾਂ। ਬਾਪੂ 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 ਲਾਇਆ ਵੀ ਤੇਰੇ ਕੋਲ ਮੌਕਾ ਹੈ, ਜਾ ਕੇ ਲਿਆ ਉਹਨੂੰ। ਬਾਪੂ ਉਹਦੀ ਵਾਪਸ ਆਉਂਦੀ ਉਹ ਕਿਉਂ ਨੀ ਆਉਂਦੀ? ਬਾਪੂ ਮੈਂ ਨਾਹੇ ਮਾਰ ਬੋਲ ਉਹਨੂੰ, ਮਾਰਤਾ ਬਾਪੂ ਇਹਨੂੰ, ਮਾਰਤਾ ਰੀਤ ਨੂੰ। ਬਾਪੂ ਤੂੰ ਪਹਿਲਾਂ ਹੀ ਦੱਸਿਆ ਤੂੰ ਮੈਨੂੰ, ਜੇ ਮੈਨੂੰ ਪੁੱਛੀਗਾ ਮੈਂ ਫੇਰ ਹੀ ਦੱਸੂਗਾ, ਹੁਣ ਤੇਰੀ ਮਾਂ ਨੂੰ ਬੋਲ ਮਾਰਾ ਸੁਖਪਾਲ। ਥੋੜਾ ਨੀ ਬਾਪੂ ਨੇ ਬਾਪ ਗੱਲ ਬੈਠਾ, ਆ ਬੇਟਾ ਤੂੰ ਕੀ ਕਰਵਾਉਣਾ ਤਾਂ ਸੁਣਿਆ ਜੀ, ਇਹ ਕਰਵਾਉਣਾ
ਕਰਵਾਉਣਾ ਕਿਉਂ ਗਾ? ਇਹ ਕਹਿੰਦਾ ਮੈਨੂੰ ਉਹਨੇ ਸਾਰਾ ਉੱਠ ਗਿਆ, ਕੀ ਕਹਿੰਦਾ ਇਹਨੂੰ? ਤੈਨੂੰ ਕੀ ਕਹਿਣਾ, ਇੱਕ ਮੈਂ ਸੂਟ ਲਿਆਤਾ, ਸੂਟ ਲਿਆਉਣਾ ਕੋਈ ਗਲਤ ਹੋ ਗਿਆ? ਤੂੰ ਦੱਸ ਦੇ ਮੈਨੂੰ, ਮੈਨੂੰ ਤਾਂ ਸਮਝ ਨੀ ਆਉਂਦੀ ਗੱਲ ਦੀ ਵੀ ਕੋਈ ਸੂਟ ਲਿਆਉਣਾ ਗਲਤ ਹੋ ਜਾਂਦਾ। ਇੱਕ ਚਾਦਰ ਲਿਆਉਂਦੀ ਆਪਦੇ ਘਰੇ ਲਿਆਉਂਦੀ ਆ, ਫਿਰ ਕੱਢੀ ਗਿਆ ਲੋਕ ਚਾਦਰ ਲਿਆ ਕੇ ਦੇਤੀ। ਮੇਰੀ ਧੀ ਆ, ਮੈਂ ਧੀ ਨੂੰ ਲਿਆ ਕੇ ਦੇ ਨੀ ਸਕਦਾ। ਅੱਬਾ ਤੇਰਾ ਮੈਂ ਕਹਿੰਦਾ ਕੱਲ ਝੂਠੀ ਨਾ ਨਿਕਲ ਜੇ, ਉਹੀ ਕੰਮ ਹੋ ਗਿਆ, ਤੂੰ ਝੂਠ ਬੋਲਿਆ ਮੇਰਾ ਘਰ ਪੜਤਾ। ਤੂੰ ਮੇਰੀ ਗੱਲ ਸੁਣ, ਆ ਤੇਰੀ ਭੈਣ ਕਾਏ ਵਾਰੀ ਆਈ ਆ ਤੇ ਉਹਨੂੰ ਮੈਂ ਚੀਜ਼ ਲੈ ਕੇ ਜਾਂਦਾ, ਮਾਤ ਪੁੱਛ ਲੈ ਕੇ ਜਾਂਦਾ, ਉਹਨੂੰ ਮੈਂ ਚਾਦਰਾਂ ਨੀ ਦੇ ਕੇ ਆਉਂਦਾ, ਕੋਈ ਸੂਟ ਨੀ ਦੇ ਕੇ ਆਉਂਦਾ। ਤੂੰ ਮੈਨੂੰ ਕਿੱਦੇ ਕਿਹਾ ਵੀ ਧੀ ਨੂੰ ਸੂਟ ਦੇ ਆਈ? ਜਿੱਦੇ ਮੈਂ ਜਾਣਾ ਗਾ ਤੇ ਉਤੋਂ ਮੈਂ ਰਾਹ ਚੋਂ ਚੁੱਪ ਕਰਕੇ ਜਾ ਕੇ ਦੇ ਆਉਣਾ ਗਾ, ਫਿਰ ਮੈਂ ਗਲਤ ਹੋ ਗਿਆ ਵੀ ਉਹਨੂੰ ਮੈਂ ਸੂਟ ਦੇ ਕੇ ਆਉਣਾ? ਅੱਜ ਧੀ ਨੂੰ ਸੂਟ ਦੇਣੇ ਗਲਤ ਆ, ਕੋਈ ਗੁਨਾਹ ਆ? ਮੈਨੂੰ ਨੀ ਸਮਝ ਆਉਂਦੀ ਗੱਲ ਦੀ ਛੋਟੀ ਜੀ। ਇਹ ਆ ਤੁਸੀਂ ਕਿਵੇਂ ਸੋਚ ਲਿਆ ਜੇ ਉਦੋਂ? ਇਹ ਤਾਂ ਹੁਣ ਹੈਗਾ ਹੈਗਾ ਕੰਮ ਤੇ ਵਗ ਜਾਂਦਾ, ਚੱਲ ਮੈਨੂੰ ਆਇਆ ਹੁੰਦਾ ਕੰਮ ਤੇ ਤੁਰਿਆ ਫਿਰਦਾ, ਚੱਲ ਮੇਰੀ ਧੀ ਆ ਚੀਜ਼ ਮੈਂ ਲਿਆ ਦਿੰਦਾ, ਇੰਨੇ ਨਾਲ ਜਵਾਬ ਖੁਸ਼ ਰਹਿੰਦਾ ਕੰਮ ਕਰਦਾ ਰਹਿੰਦਾ। ਚੱਲ ਉਹ ਤਾਂ ਜੇ ਹੈਗਾ ਮੇਰੇ ਬਾਪੂ ਨੂੰ ਮੈਨੂੰ ਚੀਜ਼ ਲਿਆ ਸੀ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਗੱਲ ਦੀ। ਮੈਂ ਤਾਂ ਇਹਨੂੰ ਸਮਝਾਈ ਕੇ ਪੁੱਛਣ ਨੂੰ ਆਖਿਆ ਸੀ, ਪੁੱਛ ਲੈ ਗੱਲ ਕਰ ਲੈ, ਮੈਂ ਕੀ ਕਿਹਾ ਸੀ ਇਹਨੂੰ ਮਾਰ ਦੇ? ਮੈਨੂੰ ਤਾਂ ਸਮਝ ਨਹੀਂ ਆਉਂਦੀ ਅਜਿਹੀਆਂ ਗੱਲਾਂ ਤੁਹਾਡੇ ਦਿਮਾਗ 'ਚ ਕਿੱਥੋਂ ਆਉਂਦੀਆਂ ਗਈਆਂ? ਹੁਣ ਤੂੰ ਆਏ ਗਏ ਬਹਿ ਗਿਆ ਸਿਰ ਫੜ ਕੇ। ਬਾਪੂ ਬੋਲਣ ਜੋਗਾ ਰਹੀ ਨੀ ਮੈਂ, ਬੋਲਣ ਨਹੀਂ ਜੋਗਾ ਰਿਹਾ। ਇਹੀ ਗੱਲ ਮੈਨੂੰ ਪਹਿਲਾਂ ਪੁੱਛੀ ਹੁੰਦੀ ਤਾਂ ਲੋੜ ਨਹੀਂ ਸੀ। ਰੀਤ ਪੁੱਤ, ਰੀਤ ਬੋਲ ਨਹੀਂ ਆਉਂਦੀ, ਆਉਂਦੀ ਆਵਾਜ਼ਾਂ ਮਾਰ ਆਊਗੀ। ਰੀਤ ਪੁੱਤ, ਬਾਪੂ ਕਿਉਂ ਆਵਾਜ਼ਾਂ ਮਾਰਦਾ? ਉਹ ਨਹੀਂ ਆਉਂਦੀ ਹੁਣ, ਆਊਗੀ, ਆਉਂਦੀ ਕਿਉਂ ਨਹੀਂ? ਰੀਤ ਪੁੱਤ, ਹਾਂਜੀ ਡੈਡੀ, ਉਰੇ ਆ ਪੁੱਤ, ਹਾਂਜੀ ਉਰੇ ਆ, ਆ ਜਾ ਜਾ ਪੁੱਤ, ਉਰੇ ਆ ਆ ਪੁੱਤ, ਉਰੇ ਬੈਠਾ ਕੇ ਤੂੰ ਆ ਲੈ। ਮੈਂ ਤੂੰ ਪੈਸੇ ਕਹਿੰਦੇ ਸੀ ਮੈਂ ਮੇਰੇ ਭਰਾ ਨੂੰ ਦੇਣੇ, ਆ ਚੱਕ ਲੈ ਦੇ ਦੇ। ਇਹ ਕਿਵੇਂ ਹੋਇਆ? ਉਹ ਮੈਂ ਇਹਨੂੰ ਮਾਰ ਆਇਆ ਸੀ। ਉਹ ਐਂ ਕਿਵੇਂ ਮਾਰ ਆਇਆ ਸੀ? ਮੈਨੂੰ ਤੁਹਾਡਾ ਸਾਰੀ ਗੱਲਬਾਤ ਸੁਣ ਕੇ ਸੀ, ਜਦੋਂ ਤੈਨੂੰ ਤੇਰੀ ਮਾਂ ਦੱਸੀ ਜਾਂਦੀ ਸੀ ਮੈਂ ਉਦੋਂ ਬੁਥਖਾਨੇ 'ਚ ਸੀਗਾ, ਮੈਂ ਸਾਰਾ ਕੁਛ ਸੁਣ ਲਿਆ ਸੀ। ਉਦੋਂ ਪਹਿਲੀ ਮੈਂ ਪਲੈਨ ਬਣਾ ਲਿਆ ਸੀ ਇਹ, ਮੈਂ ਇਹਨੂੰ ਨਹੀਂ ਮਾਂ ਮਾਰਨ ਦਿੰਦਾ। ਬਾਪੂ ਮੈਨੂੰ ਮਾਫ ਕਰ ਦੇ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਉਹ ਮਾਫੀ ਮੈਥੋਂ ਨਾ ਮੰਗਾ, ਇਹ ਤੋਂ ਮੰਗਾ। ਰੀਤ ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਸ਼ੱਕ ਕੀਤਾ। ਕੋਈ ਨਾ ਚੰਨੀ, ਹੱਥ ਨਾ ਜੋੜ ਮੇਰੇ ਅੱਗੇ, ਮੇਰੇ ਮੈਂ ਕੌਣ ਹੁੰਦੀ ਆ ਮਾਫ ਕਰਨ ਵਾਲੀ? ਮੈਨੂੰ ਵੀ ਮਾਫ ਕਰ ਦਿਓ ਜੀ। ਉਹ ਤੂੰ ਤਾਂ ਚੁੱਪੀ ਕਰਦਾ ਸੁਣੀਏ ਜੀ, ਤੇ ਜਦੋਂ ਸਾਰਾ ਕੁਝ ਕਰਿਆ ਕਰਾਇਆ ਘਾਟਾ ਸਾਰਾ ਤੂੰ ਪੱਟੇਗਾ। ਮਾਫ ਕਰਦੇ ਹੋਣੇ ਟੇਡੇ ਮੰਗਣਾ ਕਹਿੰਦਾ, ਜੇ ਕੁਦਰਤੀ ਮੈਨੂੰ ਨਾ ਪਤਾ ਲੱਗਦਾ ਤੂੰ ਤਾਂ ਜਹਾਂ ਗਾਂਧੀ ਕਰਾਤੀ ਸੀ। ਇਹ ਇਹਨੂੰ ਮਾਰ ਦਿੰਦਾ, ਇਹ ਜਾ ਕੇ ਥਾਣੇ 'ਚ ਬਹਿ ਜਾਂਦਾ, ਘਰ ਪੱਟਿਆ ਗਿਆ ਸੀ। ਮਾੜਾ ਮੋਟਾ ਸੋਚਿਆ ਕਰੇ ਵੀ ਮੈਂ ਦੇ ਪੁੱਤ ਨੂੰ ਕੀ ਕਹੀ ਜਾਂਦੇ ਆ? ਮੈਂ ਬਹੁਤ ਵੱਡਾ ਗੁਨਾਹ ਕਰ ਚੁੱਕੀ ਸੀ, ਕਰ ਚੁੱਕੇ ਗੁਨਾਹ। ਮੈਨੂੰ ਨਹੀਂ ਸਮਝ ਆਉਂਦੀ ਗੱਲ ਦੀ, ਦੱਸ ਕੀ ਇੱਕ ਮੈਂ ਮੇਰੀ ਧੀ ਨੂੰ ਮੈਂ ਚਾਦਰ ਲਿਆ ਸੀ, ਸੂਟ ਲਿਆ ਤਾ, ਮੈਂ ਬੰਦੇ ਗਲਤ ਹੋ ਜਾਂਦੇ ਆ? ਉਹ ਸੱਤ ਬਹੁਤ ਕੁਛ ਕਰਾ ਜਾਂਦਾ, ਸੁਣ ਛੋਟੇ ਦਿਮਾਗ 'ਚ ਆਈਆਂ ਗੱਲਾਂ ਕਿਹਨੇ ਕਹੀਆਂ ਤੁਹਾਨੂੰ ਇਹ? ਕੋਈ ਨਾ ਤੇ ਤਾਂ ਹੋਊਗਾ ਬੇਬੇ, ਮੈਂ ਤਾਂ ਤਾਂ ਬਾਪੂ ਮਿੰਦਰ ਬੇਬੇ ਨੇ ਮੇਰੇ ਸ਼ੱਕ ਪਾਇਆ। ਮਾੜਾ ਮੋਟਾ ਘਰ ਨੂੰ ਸਾਂਭ ਲਾ, ਦੇਖ ਤੇਰਾ ਬੰਦਾ ਤੈਨੂੰ ਨਹੀਂ ਜਾ, ਉਹਨੂੰ ਬੁਲਾ ਕੇ ਲੈ ਇੱਕ ਮਿੰਟ ਹੀ ਲਾ ਜਾ। ਡੈਡੀ ਗਲਤੀ ਤੇ ਇਹਨਾਂ ਦੀ ਆ, ਇਹਨਾਂ ਨੇ ਕਿਉਂ ਬੇਬੇ ਦੀ ਸੁਣੀ? ਉਹ ਤਾਂ ਮੈਨੂੰ ਵੀ ਬਥੇਰਾ ਕੁਝ ਕਹਿ ਕੇ ਗਈ ਸੀ। ਬੁਲਾ ਕੇ ਤੇ ਲਿਆ, ਪੁੱਤ ਪਤਾ ਲੱਗੇ ਉਹਦੇ ਦਿਮਾਗ 'ਚ ਕੀ ਚੱਲਦਾ ਗਾ, ਇਹ ਤਾਂ ਆਪਾਂ ਨੂੰ ਪਤਾ ਲੱਗੇ ਗੱਲ ਦਾ। ਹਾਂ ਭਾਈ ਦੱਸੋ ਮੈਨੂੰ ਕਿਵੇਂ ਬੁਲਾਇਆ? ਉਹ ਬੁਲਾਇਆ ਤੈਨੂੰ ਪਤਾ ਹੀ ਆ, ਮੈਂ ਤੈਨੂੰ ਐਂ ਕਹਿਣਾ ਸਾਡਾ ਘਰ ਜਾੜ ਕੇ ਤੈਨੂੰ ਕੀ ਮਿਲ ਜੂਗਾ, ਕਿਉਂ ਜਾਣ ਤੇ ਤੁੜੀ ਹੋਈ ਆ? ਮੈਂ ਕੀ ਕਰਤਾ?
ਅਜੇ ਕਰੇ ਨੀ, ਇਹਨੂੰ ਕੁਛ ਕਹਿ ਕੇ ਜਾਂਦੀ ਆ, ਮੇਰੀ ਧੀ ਨੂੰ ਕੁਛ ਕਹਿ ਕੇ ਜਾਂਦੀ ਆ, ਸਮਝ ਨੀ ਆਉਂਦੀ ਗੱਲਾਂ ਦੀ। ਸਹੀ ਗੱਲ ਹੈ ਬਾਈ, ਮੈਥੋਂ ਤੁਹਾਡਾ ਘਰ ਆਖਦਾ ਵਾ ਦਾ ਘਰ ਸੀ ਤੁਹਾਡਾ, ਸਾਰੇ ਖੁਸ਼ੀ ਖੁਸ਼ੀ ਰਹਿੰਦੇ ਸੀ, ਮੈਥੋਂ ਨੀ ਗਿਆ ਝੱਲਿਆ ਕਿ ਮੇਰਾ ਪੁੱਤ ਤਾਂ ਸੁਬਹ ਸ਼ਾਮ ਪਾਉਂਦਾ ਖੜਦੂ ਘਰੇ, ਨਸ਼ੇ ਪੱਤੇ ਕਰਦਾ, ਕੁੱਟਮਾਰ ਕਰਦਾ ਘਰੇ, ਗਾਲਾਂ ਦਿੰਦਾ, ਮੈਥੋਂ ਨਹੀਂ ਝੱਲਿਆ ਗਿਆ, ਪਤਾ ਕਿੰਨਾ ਔਖਾ ਜਰਨਾ। ਆ ਸੁਣ ਲਓ ਹੁਣ ਲੈ, ਨਾਲੇ ਮਾੜਾ ਨੀ ਕੀਤਾ, ਬਸ ਮੈਂ ਤੁਹਾਨੂੰ ਨਹੀਂ ਚੰਗਾ ਲੱਗਿਆ ਮੈਨੂੰ ਥੋੜਾ ਵਸਦਾ ਘਰ ਨਾ।